ਹਿਰਦਾ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇਂ ਹਰ ਉਪਜੈ ਮਨ ਬਹਿਰਾਗ ਜਿਓ ਜਨ ਨਾਨਕ ਬੋਲੇ ਤੀਜੀ ਲਾਵੇਂ ਹਰ ਉਪਜੈ ਮਨ ਬਹਿਰਾਗ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਠੀਕ ਹੈ ਬਕਾਲੀ ਰੰਦ ਰੰਦ ਠੀਕ ਇਹ ਜੋ ਤੀਸਰਾ ਪਦਾ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ ਹੈ ਆਪ ਸੰਗਤਾਂ ਨੇ ਸਰਵਣ ਕੀਤਾ ਹੈ ਗੁਰੂ ਸਾਹਿਬ ਜੀ ਅੱਜ ਦੇ ਇਸ ਪਦੇ ਵਿੱਚ ਇਸ ਤੀਸਰੀ ਲਾਮ ਦੇ ਵਿੱਚ ਕੀ ਸਮਝਾ ਰਹੇ ਨੇ ਆਓ ਸਰਵਣ ਕਰੀਏ ਹਰ ਤੀਜੜੀ ਲਾਮ ਮਨ ਚਾਉ ਭੈ ਆਬੈ ਰਾਗੀਆਂ ਬਲਰਾਮ ਜੀਓ ਦੋ ਚੀਜ਼ਾਂ ਨੇ ਤੀਜੀ ਲਾਮ ਦੇ ਵਿੱਚ ਇੱਕ ਹੈ ਬੈਰਾਗ ਬੈਰਾਗ ਦੇ ਬਾਰੇ ਬਹੁਤ ਦੁਨੀਆ ਜਾਣਦੀ ਹੈ ਬੈਰਾਗ ਕਈ ਤਰ੍ਹਾਂ ਦਾ ਇਸ ਸੰਸਾਰ ਦੇ ਵਿੱਚ ਮੰਨਿਆ ਗਿਆ ਬੈਰਾਗ ਦੀ ਸਿਫਤ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੜੇ ਥਾਂ ਆਉਂਦੀ ਹੈ ਜਿਸ ਨੂੰ ਫਰੀਦ ਸਾਹਿਬ ਜੀ ਨੇ ਇੰਜ ਆਖਿਆ ਕਿ ਬਿਰਹਾ ਬਿਰਹਾ ਆਖੀ ਹੈ ਬਿਰਹਾ ਤੂੰ ਸੁਲਤਾਨ ਫਰੀਦਾ ਜਿਤ ਤਨ ਬਿਰਹਾ ਨਾ ਉਪਜੈ ਸੋ ਤਨ ਜਾਣ ਮਸਾਨ ਹੇ ਬੈਰਾਗ ਤੂੰ ਤੇ ਸੁਲਤਾਨ ਹੈ ਅਰਬੀ ਬੋਲੀ ਵਿੱਚ ਸੁਲਤਾਨ ਕਹਿੰਦੇ ਨੇ ਸਾਡੇ ਇੱਥੇ ਰਾਜਾ ਬਾਦਸ਼ਾਹ ਤੂੰ ਇੱਕ ਬਾਦਸ਼ਾਹ ਵਰਗਾ ਹੈ ਜਿਸ ਸਰੀਰ ਦੇ ਅੰਦਰ ਇਹ ਬਿਰਹਾ ਬਾਦਸ਼ਾਹ ਨਾ ਹੋਵੇ ਉਹ ਸਰੀਰ ਤੇ ਮੜੀਆਂ ਮਸਾਣਾ ਵਰਗਾ ਹੈ ਉਜੜਿਆ ਹੋਇਆ ਕਾਰਮ ਜਿਸ ਦੇਸ਼ ਦਾ ਕੋਈ ਰਾਜਾ ਨਾ ਹੋਵੇ ਉਸ ਦੇਸ਼ ਦੀ ਪਰਜਾ ਦਾ ਕੋਈ ਹਾਲ ਨਹੀਂ ਹੁੰਦਾ ਪ੍ਰਬੰਧ ਵਿਗੜ ਜਾਂਦੇ ਨੇ ਖੱਜਲ ਖਵਾਰੀ ਚਾਰ ਸਫੇਰੇ ਲੁੱਟਕ ਸੁੱਟ ਹੁੰਦੀ ਹੈ ਬਹੁਤ ਵਿਗੜਿਆ ਹੋਇਆ ਪ੍ਰਬੰਧ ਹੁੰਦਾ ਜੀ ਦਾ ਕੋਈ ਰਾਜਾ ਨਾ ਹੋਵੇ ਬੈਰਾਗ ਨੂੰ ਇਸ ਸਰੀਰ ਦਾ ਰਾਜਾ ਬਾਦਸ਼ਾਹ ਆਖਿਆ ਗਿਆ ਬੈਰਾਗ ਹੋਵੇ ਤੇ ਇੰਦਰੀਆਂ ਸੁਖ ਨਾਲ ਵਸਦੀਆਂ ਨੇ ਤਨ ਤੇ ਮਨ ਵਿੱਚ ਸੁਖ ਹੋ ਜਾਂਦਾ ਹੈ ਜੇ ਬੈਰਾਗ ਨਾ ਹੋਵੇ ਪ੍ਰਬੰਧ ਸਾਰਾ ਹੀ ਵਿਗੜਿਆ ਹੁੰਦਾ ਹਰ ਇੱਕ ਚੀਜ਼ ਅਨ ਕੰਟਰੋਲ ਹੋ ਜਾਂਦੀ ਹੈ ਕਿਸੇ ਵੀ ਚੀਜ਼ ਦੇ ਉੱਤੇ ਮਨੁੱਖ ਦਾ ਕੰਟਰੋਲ ਨਹੀਂ ਰਹਿੰਦਾ ਦੋ ਤਰ੍ਹਾਂ ਦਾ ਬੈਰਾਗ ਹੈ ਜਿਹੜਾ ਬੈਰਾਗ ਬਾਦਸ਼ਾ ਆਖਿਆ ਦੁਨੀਆਵੀ ਬੈਰਾਗ ਕਰਦੀ ਹੈ ਤੇ ਗੁਰਮਖੰਦ ਦੇ ਅੰਦਰ ਵੀ ਬੈਰਾਗ ਆ ਗਿਆ ਦੁਨੀਆ ਦਾ ਬੈਰਾਗ ਇਸ ਤਰ੍ਹਾਂ ਦਾ ਹੈ ਕੋਈ ਜੀ ਕਿਸੇ ਦਾ ਚੜ੍ਹਾਈ ਕਰ ਗਿਆ ਤੇ ਬਹਿ ਕੇ ਰੋਏ ਤੇ ਆਖਿਆ ਬੜਾ ਬੈਰਾਗ ਹੋਇਆ ਕਿਸੇ ਨੂੰ ਕੋਈ ਪੈਸੇ ਚ ਘਾਟਾ ਪੈ ਗਿਆ ਤੇ ਉਹ ਬੜਾ ਪਰੇਸ਼ਾਨ ਹੋਇਆ ਖਪਿਆ ਆਖਿਆ ਉਹ ਬੜਾ ਬਿਰਾਗ ਕਰਦਾ ਵੀ ਉਹਨੂੰ ਘਾਟਾ ਪੈ ਗਿਆ ਕਿਸੇ ਦਾ ਕੋਈ ਵਿਛੜ ਗਿਆ ਕੋਈ ਵੀ ਨੁਕਸਾਨ ਹੋ ਗਿਆ ਉਹ ਪਰੇਸ਼ਾਨ ਹੋਇਆ ਤੇ ਆਖਿਆ ਬੜਾ ਵਿਰਾਗੀ ਸੀ ਅੱਜ ਅੱਜ ਉਹਦੀ ਹਾਲਤ ਠੀਕ ਨਹੀਂ ਸੀ ਪਰ ਮਹਾਰਾਜ ਕਹਿੰਦੇ ਨੇ ਜਦੋਂ ਗੁਰੂ ਕਾ ਸਿੱਖ ਵਿਰਾਗੀ ਹੁੰਦਾ ਤੇ ਉਹਦੀ ਹਾਲਤ ਚੜ੍ਹਦੀ ਕਲਾ ਵਿੱਚ ਹੁੰਦੀ ਹੈ ਉਹਦੇ ਵਿਰਾਗ ਵਿੱਚ ਫਰਕ ਕੀ ਆ ਜੋ ਪਹਿਲਾਂ ਦੱਸ ਦਿੱਤਾ ਮਹਾਰਾਜ ਨੇ ਹਰ ਤੀਜੜੀ ਲਾਮ ਮਨ ਚਾਉ ਭਇਆ ਗੁਰੂ ਕੇ ਸਿੱਖਾਂ ਦਾ ਬੈਰਾਗ ਨਹੀਂ ਕੱਲਾ ਇਹ ਚਾਉ ਬੈਰਾਗੀ ਆ ਇਹਨਾਂ ਦੇ ਬੈਰਾਗ ਦੇ ਵਿੱਚ ਇੱਕ ਚਾਹ ਹੈ ਲੋਕੀ ਰੋਂਦੇ ਨੇ ਖੱਪਦੇ ਨੇ ਪਰੇਸ਼ਾਨ ਹੁੰਦੇ ਨੇ ਜਦੋਂ ਗੁਰੂ ਕੇ ਸਿੱਖਾਂ ਨੂੰ ਅਭਿਆਸੀ ਲੋਕਾਂ ਦੇ ਅੰਦਰ ਬੈਰਾਗ ਆਉਂਦਾ ਉਹਨਾਂ ਦਾ ਝੜਾ ਖਿੜ ਜਾਂਦਾ ਹੈ ਚਮਕ ਜਾਂਦਾ ਹੈ ਇਹਨਾਂ ਦਾ ਦੁਨੀਆ ਵਰਗਾ ਬੈਰਾਗ ਨਹੀਂ ਹੁੰਦਾ ਬਿਲਕੁਲ ਉਹਨਾਂ ਨੂੰ ਪਰੇਸ਼ਾਨੀ ਆ ਇਹਨਾਂ ਦੀ ਚੜ੍ਹਦੀ ਕਲਾ ਹੈ ਔਰ ਦੁਨੀਆ ਇਸ ਚਾਹ ਬਿਰਾਗੀ ਨੂੰ ਸਮਝ ਨਹੀਂ ਸਕਦੀ ਵੀ ਚਾਹ ਵਾਲਾ ਬਿਰਾਗ ਕਿਹੜਾ ਹੋਇਆ ਭਲਾ ਬਿਰਾਗ ਤੋਂ ਤੇ ਬਿਰਾਗੀ ਆ ਤੇ ਆ ਗੁਰੂ ਰਾਮਦਾਸ ਜੀ ਨੇ ਕੀ ਕਹਿ ਦਿੱਤਾ ਵੀ ਚਾਹ ਵਾਲਾ ਬਿਰਾਗ ਕਿਹੜਾ ਹੁੰਦਾ ਇੱਕ ਉਦਾਹਰਨ ਗੁਰੂ ਸਾਹਿਬ ਜੀ ਨੇ ਇਸੇ ਸ਼ਬਦ ਦੇ ਵਿੱਚ ਜਿੱਦੋਂ ਦੱਸੀ ਆ ਬਾਰ-ਬਾਰ ਸ਼ਬਦਾਂ ਦੇ ਵਿੱਚ ਦੱਸਿਆ ਹੋਇਆ ਹੈ ਚਾਹ ਵਾਲਾ ਬਿਰਾਗ ਇਹ ਆ ਗੁਰੂ ਖਾਲਸਾ ਜੀ ਇੱਕ ਲੜਕੀ ਦਾ ਆਨੰਦ ਕਾਰਜ ਹੋਵੇ ਵੇਖੋ ਚਾਹ ਵਾਲਾ ਬਿਰਾਗ ਕੀ ਆ ਜੋ ਗੁਰਸਿੱਖਾਂ ਦੇ ਕੋਲ ਹੁੰਦਾ ਜੋ ਨਾਮ ਜਪਣ ਵਾਲਿਆਂ ਲੋਕਾਂ ਦੇ ਕੋਲ ਹੁੰਦਾ ਉਹ ਕਿਸੇ ਵੀ ਧਰਮ ਵਿੱਚ ਜਿੱਥੇ ਜਿੱਥੇ ਬੈਠਾ ਕੋ ਨਾਮ ਜਪਦਾ ਹੈ ਉਹਦੇ ਕੋਲ ਉਹ ਬਿਰਾਗ ਹੈ ਜੇ ਉਹ ਬਿਰਾਗ ਹੈਗਾ ਸੀ ਤੇ ਫਿਰ ਬ੍ਰਾਹਮਣਾਂ ਦੀ ਵੀ ਬਾਣੀ ਦਰਜ ਕੀਤੀ ਗਈ ਜੇ ਬਿਰਾਗ ਹੈਗਾ ਸੀ ਤੇ ਮੁਸਲਮਾਨਾਂ ਦੀ ਬਾਣੀ ਵੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਗਈ ਬੰਦਗੀ ਵਾਲੇ ਲੋਕ ਸਾਰੇ ਥਾਂ ਹੀ ਬੈਠੇ ਹੋਏ ਨੇ ਔਰ ਇਹ ਵੀ ਗੱਲ ਨਾਲ ਆ ਵੀ ਹੈਣ ਵਿਰਲੇ ਨਾ ਹੀ ਘਣੇ ਹੈਲ ਫੱਕੜ ਸੰਸਾਰ ਹੈਗੇ ਜ਼ਰੂਰ ਨੇ ਰਵਿਰਲੇ ਰਵਿਰਲੇ ਆ ਗੁਰਮਖਾਂ ਦਾ ਚਾਪ ਰਾਗ ਇਹ ਆ ਇੱਕ ਲੜਕੀ ਦਾ ਆਨੰਦ ਕਾਰਜ ਹੋਇਆ ਹੈ ਹੁਣੇ ਉਹ ਲੜਕੀ ਡੋਲੀ ਵਿੱਚ ਪਾਉਣ ਲੱਗੇ ਨੇ ਉਹਦੇ ਮਾਤਾ ਪਿਤਾ ਲੜਕੀ ਆਪਣੀ ਨੂੰ ਤੁਰ ਲੱਗੇ ਨੇ ਤੇ ਤੁਰ ਲੱਗੀ ਲੜਕੀ ਕੀ ਕਰਦੀ ਹੈ ਤੁਰ ਲੱਗੀ ਲੜਕੀ ਦੀਆਂ ਅੱਖਾਂ ਨੰਮ ਨੇ ਉਹ ਵੀ ਰੋਂਦੀ ਆ ਕਦੀ ਆਪਣੀ ਮਾਂ ਦੇ ਨਾਲ ਲੱਗ ਕੇ ਕਦੀ ਭੈਣਾਂ ਦੇ ਕਦੀ ਭਰਾਵਾਂ ਦੇ ਕਦੀ ਮਾਪਿਆਂ ਦੇ ਕਦੀ ਸਖੀਆਂ ਸਹੇਲੀਆਂ ਦੇ ਨਾਲ ਲੱਗ ਕੇ ਰੋਂਦੀ ਆ ਉਹ ਜਿਨ੍ਹਾਂ ਦੇ ਨਾਲ ਲੱਗ ਕੇ ਰੋਂਦੀ ਆ ਉਹ ਵੀ ਰੋ ਰਹੇ ਨੇ ਪਰ ਉਹ ਲੜਕੀ ਦਾ ਬਿਰਾਗ ਜਿਹੜਾ ਹੈ ਉਹ ਚਾਹ ਬਿਰਾਗ ਹੈ ਚਾਹ ਬਿਰਾਗ ਇਸ ਤਰ੍ਹਾਂ ਵੀ ਜਿਹੜੀ ਲੜਕੀ ਰੋ ਰਹੀ ਆ ਕਦੀ ਅੱਜ ਤੱਕ ਕਿਸੇ ਲੜਕੀ ਨੇ ਆਖਿਆ ਆਨੰਦ ਕਾਰਜ ਤੋਂ ਬਾਅਦ ਵਿੱਚ ਵੀ ਮੈਂ ਆਪਣੇ ਪਤੀ ਦੇ ਨਾਲ ਨਹੀਂ ਤੁਰਨਾ ਜੋ ਗੁਰੂ ਸਾਹਿਬ ਜੀ ਨੇ ਅੱਜ ਗੁੱਝੀ ਗੱਲ ਸਮਝਾਈ ਹੈ ਲੜਕੀ ਰੋਵੇਗੀ ਪਰ ਕਦੀ ਕਿਸੇ ਲੜਕੀ ਨੇ ਨਹੀਂ ਆਖਿਆ ਕਿ ਮੈਂ ਆਪਣੇ ਪਤੀ ਦੇ ਨਾਲ ਨਹੀਂ ਤੁਰਨਾ ਉਹਦੇ ਅੰਦਰ ਇੱਕ ਚਾਹ ਹੈ ਕਿ ਥੋੜਾ ਸਮਾਂ ਇਹ ਵਿਰਾਗ ਆ ਅੱਖਾਂ ਸਾਫ਼ ਕਰਕੇ ਆਉਣ ਵਾਲਾ ਸਮਾਂ ਮੇਰਾ ਸੁੱਖਾਂ ਭਰਿਆ ਮੈਂ ਆਪਣੇ ਪਤੀ ਦੇ ਨਾਲ ਜਾ ਕੇ ਆਉਣ ਵਾਲੇ ਸਮੇਂ ਵਿੱਚ ਮੇਰੇ ਖੁਸ਼ੀਆਂ ਨੇ ਆਨੰਦ ਰਿਆ ਨਵਾਂ ਜੀਵਨ ਬਤੀਤ ਕਰਨ ਲੱਗੀਆਂ ਉਹ بڑے ਚਾਹ ਦੇ ਨਾਲ ਅੰਦਰ ਜਿਹੜਾ ਚਾਹ ਦੱਬਿਆ ਹੋਇਆ ਮਾਪਿਆਂ ਨੂੰ ਤਿਆਗ ਦਿੰਦੀ ਆ ਭੈਣ ਭਰਾਵਾਂ ਨੂੰ ਤਿਆਗ ਦਿੰਦੀ ਆ ਘਰ ਨੂੰ ਤਿਆਗ ਦਿੰਦੀ ਆ ਨਿੱਕੀ ਨਿੱਕੀ ਚੀਜ਼ ਦੇ ਉੱਤੇ ਜਿੱਥੇ ਮੋਹ ਕੀਤਾ ਹੋਇਆ ਸੀ ਜਿੰਨੀਆਂ ਚੀਜ਼ਾਂ ਪਿੱਛੇ ਭਰਾਵਾਂ ਨਾਲ ਲੜ ਪੈਂਦੀ ਸੀ ਭੈਣਾਂ ਨਾਲ ਲੜ ਪੈਂਦੀ ਸੀ ਉਹ ਸਾਰੀਆਂ ਚੀਜ਼ਾਂ ਛੱਡ ਕੇ ਤੇ ਆਪਣੇ ਪਤੀ ਦੇ ਨਾਲ ਤੁਰ ਪੈਂਦੀ ਆ ਵਿਰਾਗ ਹੈ ਪਰ ਵਿਰਾਗ ਦੇ ਵਿੱਚ ਚਾਹ ਲੁਕਿਆ ਹੋਇਆ ਕਿਸੇ ਵੀ ਚੀਜ਼ ਨੂੰ ਛੱਡਣ ਲੱਗਿਆ ਉਹਨੂੰ ਦੁੱਖ ਨਹੀਂ ਹੁੰਦਾ ਮਾਰੇ ਕਹਿੰਦੇ ਨੇ ਗੁਰਮੁਖਾਂ ਦੇ ਅੰਦਰ ਇਹ ਬੈਰਾਗ ਹੁੰਦਾ ਕਿਉਂਕਿ ਜਿੱਨਾ ਚਿਰ ਇਹ ਬੈਰਾਗ ਨਾ ਹੋਵੇ ਉਹਨਾਂ ਚਿਰ ਮਾਇਆ ਦੇ ਬੰਧਨ ਛੁੱਟਦੇ ਨਹੀਂ ਬਿਨ ਬੈਰਾਗ ਨਾ ਛੁੱਟ ਸ ਮਾਇਆ ਦੁਨੀਆ ਦੇ ਚਸਕੇ ਛੱਡਣੇ ਬੜੇ ਔਖੇ ਵਿਸ਼ੇ ਵਿਕਾਰ ਛੱਡਣੇ ਬੜੇ ਔਖੇ ਨੇ ਦੁਨੀਆਦਾਰੀ ਛੱਡਣੀ ਬੜੀ ਔਖੀ ਹੈ ਪਰ ਜਦੋਂ ਪਹਿਲੀਆਂ ਦੋ ਲਾਵਾਂ ਆਪ ਜੀ ਨੇ ਸਰਵਣ ਕੀਤੀਆਂ ਨੇ ਜਿਹਦੇ ਉੱਤੇ ਗੁਰੂ ਕਿਰਪਾ ਕਰਕੇ ਹੱਥ ਰੱਖ ਦਿੰਦਾ ਸਿਰ ਤੇ ਸਰੇ ਸਾਮ ਨਿਤਨੇਮ ਨਾਲ ਜੁੜ ਗਏ ਨੇ ਨਾਮ ਜਪ ਰਹੇ ਨੇ ਰਹਿਤ ਰੱਖ ਰਹੇ ਨੇ ਉਹਨਾਂ ਦੇ ਅੰਦਰ ਫਿਰ ਇੱਕ ਚਾ ਵਾਲਾ ਵਿਰਾਗ ਪੈਦਾ ਹੋ ਜਾਂਦਾ ਦੁਨੀਆ ਦੇ ਵਿਸ਼ੇ ਵਕਾਰ ਛੱਡਣ ਲੱਗਿਆਂ ਉਹਨਾਂ ਨੂੰ ਇੰਜ ਪਰੇਸ਼ਾਨੀ ਨਹੀਂ ਹੁੰਦੀ ਜਿੱਦਾਂ ਇੱਕ ਲੜਕੀ ਆਪਣੇ ਬਾਪ ਦਾ ਘਰ ਛੱਡ ਕੇ ਤੇ ਖੁਸ਼ੀ ਖੁਸ਼ੀ ਆਪਣੇ ਪਤੀ ਦੇ ਨਾਲ ਤੁਰ ਪੈਂਦੀ ਇਹ ਉਹ ਵਿਰਾਗ ਹੈ ਚਾ ਵਾਲਾ ਤੇ ਇਹਦੇ ਵਿੱਚ ਹੀ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਆਖਿਆ ਹੈ ਹਰ ਤੀਜੜੀ ਲਾਮ ਮਨ ਚਾਉ ਬਿਆ ਬੈ ਰਾਗੀਆਂ ਬਲਰਾਮ ਜੀਓ ਜਿਨ੍ਹਾਂ ਦੇ ਅੰਦਰ ਬਰਾਗ ਪੈਦਾ ਹੋਇਆ ਉਹਨਾਂ ਦੇ ਅੰਦਰ ਨਾਲ ਚਾਹ ਵੀ ਪੈਦਾ ਹੋਇਆ ਤੇ ਚਾਹ ਵਾਲੇ ਬਰਾਗੀਆਂ ਨੂੰ ਕੁਝ ਵੀ ਛੱਡਣ ਲੱਗਿਆਂ ਦੁੱਖ ਨਹੀਂ ਲੱਗਦਾ ਪਰੇਸ਼ਾਨੀ ਨਹੀਂ ਹੁੰਦੀ ਦੁਨੀਆ ਦੇ ਬੰਦੇ ਕਿਸੇ ਨੂੰ ਕਹੋ ਤੂੰ ਇੱਥੇ ਤਾਸ਼ ਵਾਲਿਆਂ ਲੱਗੇ ਬੈਠਾ ਤੂੰ ਅੱਜ ਨਾਂ ਬਹਿ ਆ ਤੇ ਨੂੰ ਇੱਧਰ ਬਿਠਾਈਏ ਉਹਦੇ ਕੋਲ ਉਹ ਮਹਿਕਮਾ ਜਿਹੜਾ ਛੱਡੇ ਹੀ ਨਹੀਂ ਜਾਣਾ ਕਿਸੇ ਬੰਦੇ ਨੂੰ ਸ਼ਰਾਬ ਵਾਲੇ ਪਾਸੇ ਤੁਰੇ ਜਾਂਦੇ ਨੂੰ ਰੋਕੋ ਉਹ ਸ਼ਾਮ ਪੈ ਜੂਗੀ ਉਹਦੇ ਦਿਲ ਨੂੰ ਕਬਰਾਟ ਪਾਉਗੀ ਉਧਰੋਂ ਉਹਦੇ ਕੋਲੋਂ ਉਹਨਾਂ ਚਿਰ ਨਹੀਂ ਟੁੱਟਿਆ ਜਾਏਗਾ ਜਿੰਨਾ ਚਿਰ ਗੁਰੂ ਉਹਦੇ ਉੱਤੇ ਕਿਰਪਾ ਨਹੀਂ ਕਰੇ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਂਦੀ ਆ ਉਹ ਇਹ ਚੀਜ਼ਾਂ ਵੀ ਛੱਡ ਦਿੰਦੇ ਨੇ ਇਥੋਂ ਤੱਕ ਮੈਂ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਪੜ੍ਹ ਕੇ ਹੈਰਾਨ ਹੋ ਗਿਆ ਮਹਾਨ ਬੈਰਾਗੀ ਚਾਓ ਬੈਰਾਗੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਵੇਖੋ ਦੁਨੀਆ ਤੇ ਚੀਜ਼ਾਂ ਤੇ ਉਹ ਤਿਆਗੀਆਂ ਹੀ ਉਹ ਆਪਣਾ ਆਪਾ ਵੀ ਨਿਸ਼ਾਵਰ ਕਰਨਾ ਚਾਹੁੰਦੇ ਨੇ ਕਿ ਮਾਲਕਾ ਮੈਨੂੰ ਤੇਰੇ ਘਰ ਦੀ ਖੁਸ਼ੀ ਮਿਲੇ ਜੇ ਤੂੰ ਮੇਰੇ ਉਤੇ ਖੁਸ਼ ਹੋਵੇਂ ਤਾਂ ਮੈਂ ਆਪਣਾ ਆਪਾ ਵੀ ਛੱਡ ਦਊਂਗਾ ਆਪਣਾ ਆਪਾ ਵੀ ਜੰਗ ਦੇ ਮੈਦਾਨ ਵਿੱਚ ਵਾਰ ਦਿਆਂਗਾ ਮਹਾਰਾਜ ਕਿਹਾ ਬੋਲ ਕੇ ਲਿਖ ਕੇ ਆਪਣੀ ਕਰਮਨਾ ਜਦੋਂ ਆਖਿਆ ਦੇਹ ਸ਼ਿਵਾ ਵਰ ਮੋਹੇ ਇਹ ਸੁਭ ਕਰਮਣ ਤੇ ਕਬਹੂ ਨਾ ਡਰੂੰ ਨਾ ਡਰੂੰ ਅਰਸੋਂ ਜਬ ਜਾਏ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋ ਔਰ ਸਿੱਖ ਹਾਂ ਆਪਣੇ ਹੀ ਮਨ ਕੋ ਇਹ ਲਾਲਚ ਹਾਂ ਗੁਣਤਾਉ ਉਚਰੋ ਹੇ ਵਾਹਿਗੁਰੂ ਕਰਤੇ ਪੁਰਖ ਜੀ ਮੈਨੂੰ ਇਹ ਵਰ ਦੇਓ ਮੈਂ ਸ਼ੁਭ ਕੰਮ ਕਰਨ ਤੋਂ ਕਦੀ ਪਿੱਛੇ ਨਾ ਹੋਵਾਂ ਸ਼ੁਭ ਕਰਮ ਕਰਨ ਦੇ ਕਰਕੇ ਜਿੰਨਾ ਵੀ ਮੈਨੂੰ ਦੁਨੀਆਦਾਰੀ ਦਾ ਨੁਕਸਾਨ ਝੱਲਣਾ ਪਵੇ ਮੈਂ ਝੱਲ ਲਵਾਂਗਾ ਪਰ ਮੇਰੇ ਤੇ ਕਿਰਪਾ ਕਰੀ ਮੇਰੇ ਅੰਦਰ ਚਾਹ ਪੈਦਾ ਹੋਇਆ ਤੇਰੀ ਖੁਸ਼ੀ ਲੈਣੀ ਆ ਮੈਨੂੰ ਇਹ ਨੁਕਸਾਨ ਹੁੰਦਾ ਨਾ ਜਾਪੇ ਤੇਰੀ ਖੁਸ਼ੀ ਹੀ ਮੇਰੇ ਅੱਗੇ ਹੋਵੇ ਔਰ ਮੇਰੇ ਅੰਦਰ ਇਹ ਲਾਲਚ ਵੀ ਹੈ ਇਹ ਲਾਲਚ ਹਉ ਗੁਣ ਤੋਂ ਉਚਰੋ ਮੈਂ ਲਾਲਚੀ ਵੀ ਆਂ ਤੇ ਮੈਂ ਸਵੇਰੇ ਸਾਮ ਹਰ ਵੇਲੇ ਆਪਣੇ ਮਨ ਨੂੰ ਟਿਕਾਣੇ ਰੱਖਣ ਵਾਸਤੇ ਜਪਦਾ ਰਵਾਂ ਸਤਨਾਮ ਸ੍ਰੀ ਵਾਹਿਗੁਰੂ ਇਹ ਲਾਲਚ ਵੀ ਹੈ ਤੇ ਫੇਰ ਉਹ ਕਹਿੰਦੇ ਨੇ ਤੇ ਤੇ ਮਿਲਣ ਦੀ ਖੁਸ਼ੀ ਇੰਨੀ ਜ਼ਿਆਦਾ ਮੇਰੇ ਅੰਦਰ ਚਾਹ ਇਹ ਨਾ ਜ਼ਿਆਦਾ ਜਦ ਆਪ ਕੀ ਆਉਧ ਨਿਧਾਨ ਬਣੈ ਅਤਹੀ ਰਣ ਮੈਂ ਤਬ ਜੂਝ ਮਰਾਂ ਜਦੋਂ ਮੇਰੀ ਉਮਰ ਦਾ ਆਖਰੀ ਸਮਾਂ ਆਵੇ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਤੇਰੀ ਖੁਸ਼ੀ ਪ੍ਰਾਪਤ ਕਰਨੀ ਆ ਜੇ ਤੇਰੀ ਖੁਸ਼ੀ ਲੋਕਾਂ ਦੇ ਭਲੇ ਕਰਨ ਵਾਸਤੇ ਹੋਵੇ ਤੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਮੈਂ ਮਰ ਜਾਵਾਂ ਤਾਂ ਮੈਂ ਕਦੀ ਪੈਰ ਪਿੱਛੇ ਨਾ ਪੁੱਟਾਂ ਤੂੰ ਕਿਰਪਾ ਕਰੀ ਚਾ ਕਦੀ ਫਿੱਕਾ ਨਾ ਪਵੇ ਇਹ ਜਿਹੜੀ ਮਰਨ ਭਰਉਣ ਵਾਲੀ ਗੱਲ ਆ ਇਹ ਜਿਹੜੀਆਂ ਜੰਗਾਂ ਜੁੱਦਾਂ ਵਾਲੀਆਂ ਗੱਲਾਂ ਨੇ ਇਹ ਤੇ ਸੁਣ ਕੇ ਲੋਕੀ ਡਰ ਜਾਂਦੇ ਆ ਲੋਕਾਂ ਦੇ ਘਰਾਂ ਵਿੱਚ ਗੱਲ ਹੋਵੇ ਕੋਈ ਲੋਕੀ ਚਟ ਘਬਰਾ ਜਾਂਦੇ ਆ ਪਰ ਉਸ ਮਹਾਬਲੀ ਮਹਾ ਵਿਰਾਗੀ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ ਮੈਂ ਨਹੀਂ ਡਰਾਂਗਾ ਕਿਉਂਕਿ ਮੈਂ ਅਰੇ ਗਾਰੇ ਦੀ ਕੁਲ ਵਿੱਚੋਂ ਨਹੀਂ ਹੈਗਾ ਮਾਰੇ ਕਹਿੰਦੇ ਛਤਰੀ ਕੋ ਪੁੱਤ ਹੂੰ ਬ੍ਰਾਹਮਣ ਕੋ ਨਹੀਂ ਕਹਿ ਤਪ ਆਵਤ ਹਾਂ ਜੋ ਕਰਾਂ ਮੈਂ ਉਹ ਕੰਮ ਨਹੀਂ ਕਰੂੰਗਾ ਜਿਨ੍ਹਾਂ ਕੰਮਾਂ ਕਰਨ ਦੇ ਨਾਲ ਕੋਈ ਮਨ ਤੇ ਅਸਰ ਨਾ ਹੋਵੇ ਕੋਈ ਆਤਮਾ ਤੇ ਅਸਰ ਨਾ ਹੋਵੇ ਮੈਂ ਖੱਤਰੀ ਦਾ ਪੁੱਤ ਵਾਂ ਬ੍ਰਾਹਮਣ ਦਾ ਪੁੱਤ ਨਹੀਂਗਾ ਔਰ ਜੰਜਾਰ ਜਿਤੇ ਗ੍ਰਹ ਕੋ ਤੁਹੇ ਤਿਆਗ ਕਹਾ ਚਿੱਤ ਤਾਂ ਸਿਉ ਧਰੋਂ ਮੈਂ ਘਰ ਦੇ ਜੰਜਾਲਾਂ ਵਿੱਚ ਨਹੀਂ ਪਾਉਂਗਾ ਕਿਉਂਕਿ ਮੈਨੂੰ ਪਤਾ ਲੱਗਾ ਵੀ ਤੇਰਾ ਨਾਮ ਹੀ ਸਰਬ ਸ੍ਰੇਸ਼ਟ ਆ ਇਸ ਵਿਰਾਗ ਦੇ ਵਿੱਚੋਂ ਹੁਣ ਇਹਨਾ ਚਾ ਚੜਿਆ ਹੋਇਆ ਤੂੰ ਕਿਰਪਾ ਕਰੀ ਤੇਰਾ ਨਾਮ ਜਪਣੋਂ ਨਾ ਹਟਾ ਮੈਂ ਦੁਨੀਆਦਾਰੀ ਤੇ ਘਰ ਦੇ ਕੰਮ ਸਾਰੇ ਛੱਡਣ ਵਾਸਤੇ ਤਿਆਰ ਬੈਠਾ ਹੋਇਆ ਸਭ ਕੁਝ ਛੱਡ ਕੇ ਤਾਂ ਹੀ ਮਾਚੀਵਾੜੇ ਦੇ ਜੰਗਲ ਵਿੱਚ ਉਹ ਹੀ ਬਿਰਾਗੀ ਪੁਰਖੀ ਕਹਿ ਸਕਦਾ ਵੀ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੁਦ ਬਿਨ ਰੋਗ ਰਾਜਾਨਿਆਂ ਦਾ ਓਡਣ ਨਾਗ ਨਿਵਾਸਾਂ ਦੇ ਸੈਣਾ ਇਹ ਉਹ ਬਿਰਾਗੀ ਜੀ ਦੇ ਅੰਦਰ ਚਾਹ ਹੈ ਖੁਸ਼ੀ ਨਾਲ ਆਨੰਦਪੁਰ ਸਾਹਿਬ ਛੱਡ ਦਿੱਤਾ ਖੁਸ਼ੀ ਦੇ ਨਾਲ ਚਮਕੌਰ ਛੱਡ ਦਿੱਤਾ ਖੁਸ਼ੀ ਦੇ ਨਾਲ ਪਟਨਾ ਸਾਹਿਬ ਛੱਡ ਦਿੱਤਾ ਖੁਸ਼ੀ ਦੇ ਨਾਲ ਪੌਂਟਾ ਸਾਹਿਬ 3 ਸਾਲ ਰਾਤ ਦਿਨ ਸਿੱਖਾਂ ਨੇ ਮਿਹਨਤ ਕਰਕੇ ਪੌਂਟਾ ਸਾਹਿਬ ਤਿਆਰ ਕੀਤਾ ਤੇ ਜਦੋਂ ਹੁਕਮ ਹੋਇਆ ਆਪਣੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਵਿਚਾਰ ਕਰ ਲਈ ਉਸੇ ਵੇਲੇ ਪੌਂਤਾ ਸਾਹਿਬ ਛੱਡਣ ਲੱਗਿਆ ਵੀ ਇੱਕ ਪਲ ਨਹੀਂ ਲਾਇਆ ਇਹ ਉਹ ਚਾਉ ਬਿਰਾਗੀ ਆ ਜਿਹੜਾ ਘਰ ਵੀ ਛੱਡ ਸਕਦਾ ਹੈ ਜਿਹੜਾ ਦੁਨੀਆ ਦੇ ਸੁੱਖ ਵੀ ਛੱਡ ਸਕਦਾ ਤੇ ਮਾਛੀਵਾੜੇ ਦੇ ਜੰਗਲਾਂ ਵਿੱਚ ਲੰਮੇ ਪੈ ਕੇ ਫਿਰ ਕਰਤੇ ਪੁਰਖ ਦਾ ਸ਼ੁਕਰਾਨਾ ਕਰ ਸਕਦਾ ਤੇ ਕਹਿੰਦਾ ਵੀ ਜਦੋਂ ਮੇਰਾ ਅੰਤ ਸਮਾ ਆਵੇ ਮੈਂ ਮੰਜੀ ਤੇ ਪੈ ਕੇ ਬਿਮਾਰ ਪੈ ਕੇ ਨਹੀਂ ਦੁਨੀਆ ਤੋਂ ਜਾਣਾ ਚਾਹੁੰਦਾ ਮੈਂ ਜਦੋਂ ਵੀ ਦੁਨੀਆ ਤੋਂ ਜਾਵਾਂ ਮੈਂ ਸ਼ਸਤਰ ਦੇ ਨਾਲ ਜਾਵਾਂ ਔਰ ਉਹੀ ਗੱਲ ਉਹਨਾਂ ਨੇ ਕਰਕੇ ਵਿਖਾਈ ਸੀ ਇਹ ਥਾਂ ਥਾਂ ਤੇ ਵਿਰਾਗ ਦੀ ਕਥਾ ਲਿਖੀ ਹੋਈ ਆ ਰੋਂਦੇ ਦੁਨੀਆ ਵੀ ਆ ਰੋਂਦਾ ਗੁਰਮੁਖ ਵੀ ਆ ਗੁਰਮੁਖ ਦੋ ਹਾਲਤਾਂ ਵਿੱਚ ਰੋਂਦਾ ਜਦੋਂ ਨਾਮ ਜਪ ਜਪ ਕੇ ਜਪ ਜਪ ਕੇ ਅੰਦਰ ਰਸ ਦੇ ਨਾਲ ਭਰ ਜਾਂਦਾ ਹੈ ਲੰਘੇ ਹੋਏ ਸਮੇਂ ਦੀ ਵਿਚਾਰ ਕਰਕੇ ਕਹਿੰਦਾ ਨਾਮ ਤੋਂ ਸਖਣਾ ਕਾਹਨੂੰ ਸਮਾਂ ਨਗਾ ਦਿੱਤਾ ਹੁਣ ਜਿਹੜਾ ਆਨੰਦ ਆਇਆ ਇਹਨਾਂ ਸਮਾਂ ਮੈਂ ਐਵੇਂ ਨਗਾ ਦਿੱਤਾ ਰੋਂਦੀ ਤੇ ਦੁਨੀਆ ਵੀ ਆ ਜਿਨ੍ਹਾਂ ਦੇ ਵਿਰਾਗ ਦੀ ਗੱਲ ਬੜੀ ਕੀਤੀ ਸੰਸਾਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਰਾਮਕਲੀ ਰਾਗ ਦੀ ਵਾਰ ਦੇ ਅੰਦਰ ਉਹਨਾਂ ਦੀ ਇੱਕ ਪੂਰੀ ਡਿਟੇਲ ਖਿੱਚ ਦਿੱਤੀ ਜਿਹੜੇ ਰੋਏ ਤੇ ਆਖਿਆ ਬੜਾ ਵਿਰਾਗ ਕੀਤਾ ਉਹਨਾਂ ਨੇ ਉਹਨਾਂ ਦੇ ਵਿਰਾਗ ਦੀ ਕਦਰ ਕੀ ਹੈ ਮੁੱਲ ਕੀ ਪਿਆ ਉਨ੍ਹਾਂ ਸਾਰਿਆਂ ਦਾ ਬਿਰਾਗ ਇੰਜ ਲਿਖਿਆ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਨੇ ਸਹੰਸਰਦਾਨ ਦੇ ਇੰਦਰ ਰਵਾਇਆ ਜਦੋਂ ਕਿਸੇ ਕੋਲੋਂ ਕੁਝ ਖੁੱਸੇ ਹੋਰ ਹੁੰਦੇ ਨੇ ਤੇ ਗੁਰਮੁਖ ਸਭ ਕੁਝ ਤਿਆਗਣ ਨੂੰ ਤਿਆਰ ਬੈਠੇ ਹੋਏ ਇਹ ਚਾਹ ਵਾਲਾ ਬਿਰਾਗ ਹੈ ਗੁਰਮੁਖਾਂ ਦਾ ਸਹੰਸਰਦਾਨ ਦੇ ਇੰਦਰ ਰਵਾਇਆ ਜਦੋਂ ਬਹੁਤ ਜ਼ਿਆਦਾ ਭਗਾ ਦੇ ਨਿਸ਼ਾਨ ਉਹਦੇ ਸੀਸ ਤੇ ਬਣੇ ਤੇ ਸਭਾ ਵਿੱਚ ਦੇਵਤਿਆਂ ਦੀ ਸਭਾ ਵਿੱਚ ਬਹਿ ਨਹੀਂ ਸੀ ਸਕਦਾ 6 ਮਹੀਨੇ ਛਪੜ ਵਿੱਚ ਲੁਕਿਆ ਰਿਹਾ ਤੇ ਨਾਲੇ ਰੋਂਦਾ ਰਿਹਾ। ਉਹਨਾਂ ਦੇ ਗੁਰੂ ਨੇ ਕੱਢਿਆ ਜਾ ਕੇ ਵੀ ਨਾਮ ਬਿਰਾਗ ਕਰ। ਉਹਨੂੰ ਵੀ ਆਖਿਆ ਵੀ ਇਹ ਬਿਰਾਗ ਕਰਦਾ। ਸਹੰਸਰਦਾਨ ਦੇ ਇੰਦਰ ਰਵਾਇਆ ਪਰਸਰਾਮ ਰੋਵੇ ਕਰ ਆਇਆ। ਜਦੋਂ ਉਹਦਾ ਤੇਜ ਬਲ RAM ਜੀ ਨੇ ਖੇਚ ਲਿਆ ਤੇ ਉਹ ਵੀ ਨਿਮੋ ਝਾਣਾ ਹੋ ਕੇ ਤੇ ਰੋਂਦਾ ਹੋਇਆ ਆਪਣੇ ਘਰ ਨੂੰ ਆਇਆ। ਹੱਥੋਂ ਕੁਝ ਗਿਆ ਸਭ ਦੁਨੀਆ ਰੋਈ ਪਰਸਰਾਮ ਰੋਵੇ ਕਰ ਆਇਆ। ਰੋਵੇ RAM ਨਿਕਾਲਾ ਭਇਆ। ਸੀਤਾ ਲਖਮਣ ਵਿਛੜ ਗਿਆ ਰੋਵੇ ਪਾਂਡਵ ਭਏ ਮਜੂਰ ਜਿਨ ਕੇ ਸਵਾਮੀ ਰਹਤ ਹਜੂਰ ਸਭ ਇੱਕ ਨੂੰ ਰੋਣਾ ਪਿਆ ਜਿਨ੍ਹਾਂ ਦੇ ਕੁਝ ਹੱਥੋਂ ਖੁੱਸਾ ਇਧਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਤੂੰ ਮੇਰੇ ਤੇ ਕਿਰਪਾ ਕਰੀਂ ਮੈਂ ਸਭ ਕੁਝ ਤੇਰੀ ਖੁਸ਼ੀ ਵਾਸਤੇ ਵਾਰ ਦਿਆਂਗਾ ਬਚਿਆ ਮੇਰਾ ਸਰੀਰ ਇਹ ਵੀ ਜੇ ਤੂੰ ਮੇਰੇ ਤੇ ਕਿਰਪਾ ਕਰੇ ਤੇ ਜਦ ਆਵ ਕਿ ਯੋਧ ਨਿਧਾਨ ਬਣੈ ਅਤਹੀ ਰਣ ਮੈਂ ਤਬ ਜੂਝ ਮਰੂੰ ਮੈਂ ਆਪਣਾ ਸਰੀਰ ਵੀ ਤਿਆਗ ਦਿਆਂਗਾ ਹਰ ਇੱਕ ਨੂੰ ਰੋਂਦਿਆ ਵੇਖਿਆ ਪਰ ਗੁਰਮੁਖ ਦਾ ਵਿਰਾਗ ਚਾਹ ਵਾਲਾ ਹੈ ਜਿਸ ਚਾਹ ਦੀ ਗੱਲ ਗੁਰੂ ਅਰਜਨ ਦੇਵ ਜੀ ਨੇ ਖੁਸ਼ੀ ਦੇ ਨਾਲ ਆਖਿਆ ਮਨ ਬੈਰਾਗ ਭਿਆ ਦਰਸ਼ਨ ਦੇਖਣੇ ਕਾ ਚਾਉ ਮਨ ਬੈਰਾਗ ਭਿਆ ਦਰਸ਼ਨ ਦੇਖਣੇ ਕਾ ਚਾਉ ਮਨ ਮਹਿ ਮਨ ਬੈਰਾਗ ਭਿਆ ਦਰਸ਼ਨ ਦੇਖਣੇ ਕਾ ਚਾਉ ਮਨ ਬੈਰਾਗ ਭਿਆ ਦਰਸ਼ਨ ਦੇਖਣੇ ਕਾ ਚਾਉ ਮਨ ਬੈ ਗੁਰ ਸਿੱਖਾਂ ਦੇ ਅੰਦਰ ਚਾਹ ਹੋ ਜਾਂਦਾ ਪੈਦਾ ਔਰ ਉਸੇ ਚਾਹ ਦੇ ਨਾਲ ਹੀ ਅੰਮ੍ਰਿਤ ਵੇਲੇ ਖੁਸ਼ੀ-ਖੁਸ਼ੀ ਹਰ ਇੱਕ ਨੂੰ ਉਠਣਾ ਪੈਂਦਾ ਹੈ ਕਈ ਵਾਰ ਦੁਨੀਆਦਾਰ ਬੰਦੇ ਨੂੰ ਉਠਣਾ ਪੈਂਦਾ ਤੇ ਉਹ ਪਤਾ ਕੀ ਕਹਿੰਦਾ ਅੱਜ ਨੀਂਦ ਪੂਰੀ ਨਹੀਂ ਹੋਈ ਬਹੁਤੇ ਸਵਾਸਤੇ ਉੱਠ ਗਏ ਸਾਂ ਤੇ ਮਨ 부ਝਿਆ 부ਝਿਆ ਹੈ ਤੇ ਗੁਰੂ ਕਾ ਸਿੱਖ ਜੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਾ ਕਰੇ ਤੇ ਉਹਦੇ ਮਨ ਨੂੰ ਚੁੰਧਗੀ ਲੱਗੀ ਰਹਿੰਦੀ ਹੈ ਵੀ ਅੱਜ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਨਹੀਂ ਕੀਤਾ ਮਨ 부ਝਿਆ 부ਝਿਆ ਹੈ ਵੇਖੋ ਫਰਕ ਕਿੰਨਾ ਹੈ ਦੁਨੀਆਦਾਰ ਸਵਸਤੇ ਉੱਠ ਪੈਣ ਉੱਠਣਾ ਪੈ ਜੇ ਤੇ ਉਹਨਾਂ ਦਾ ਮਨ 부ਝ ਜਾਂਦਾ ਹੈ ਗੁਰੂ ਕਾ ਸਿਖ ਨਾ ਉਠੇ ਤੇ ਇਹਦਾ ਮਨ 부ਝ ਜਾਂਦਾ ਕਿਉਂਕਿ ਇਹਨੂੰ ਇਸ ਗੱਲ ਦਾ ਪਤਾ ਹੈ ਕਿ ਆਖਾਂ ਜੀਵਾਂ ਵਿਸਰੈ ਮਰ ਜਾਵਾਂ ਮੈਂ ਅੰਮ੍ਰਿਤ ਵੇਲੇ ਉੱਠ ਕੇ ਜਪਦਾ ਵਾਂ ਤੇ ਮੇਰਾ ਜੀਵਨ ਆ ਤੇ ਜੇ ਮੈਂ ਨਹੀਂ ਉਠਿਆ ਤਮ ਮੰਮਰਿਆ ਹੋਇਆ ਲੋਕੀ ਕਹਿੰਦੇ ਮਨ ਬੁੱਝ ਗਿਆ ਤੇ ਇਹ ਚਾ ਨਾਲ ਸਵੇਰੇ ਛਾਲ ਮਾਰ ਕੇ ਉੱਠ ਕੇ ਚੌਂਕੜਾ ਮਾਰ ਕੇ ਬਹਿ ਜਾਂਦਾ ਤੇ ਆਪਣੀ ਰਸਨਾ ਤੋਂ ਜਪਣ ਲੱਗ ਪੈਂਦਾ ਹੈ ਵਾਹਿਗੁਰੂ 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 ਸਰਤਾਰਪੁਰ ਸਾਹਿਬ ਚਾਉ ਬੈਰਾਗੀ ਨੂੰ ਸਾਰੇ ਸੰਸਾਰ ਨੇ ਵੇਖਿਆ ਚਾਉ ਬੈਰਾਗੀ ਕੀ ਹੈ ਗੁਰੂ ਨਾਨਕ ਦੇਵ ਜੀ ਮਾਰੇ ਕਹਿੰਦੇ ਨੇ ਸ੍ਰੀ ਚੰਦ ਕੱਲ ਮੈਂ ਸਵੇਰੇ ਸੁਆਹ ਤੇ ਉੱਠ ਕੇ ਜਾਣਾ ਕਿਸੇ ਪਾਸੇ ਦਰਸ਼ਨ ਦੇਣ ਮੇਰੀ ਚਾਦਰ ਧੋ ਕੇ ਸੁਕਾ ਲਿਓ ਤੇ ਸ੍ਰੀ ਚੰਦ ਜੀ ਕਹਿੰਦੇ ਨੇ ਪਿਤਾ ਜੀ ਅੱਧੀ ਰਾਤ ਨੂੰ ਚਾਦਰ ਕਿੱਥੋਂ ਧੋਵਾਂਗੇ ਤੇ ਕਿੱਥੇ ਸੁਕਾਵਾਂਗੇ ਲਖਮੀ ਦਾਸ ਨੂੰ ਆਖਿਆ ਲਖਮੀ ਦਾਸ ਤੂੰ ਜਾ ਉਹ ਅੰਦਰ ਨਹੀਂ ਜੀ ਬਾਹਰ ਤੇ ਹਨੇਰਾ ਬੜਾ ਬਾਰੋ ਵੇਖਿਆ ਬੂਏ ਤੇ ਖਲੋ ਕੇ ਬਹੁਤ ਹਨੇਰਾ ਹੈ ਕਿੱਥੇ ਚਾਦਰ ਧੋਵਾਂਗੇ ਤੇ ਕਿੱਥੇ ਤੁਹਾਡੀ ਚਾਦਰ ਸੁਕਾਵਾਂਗੇ ਤੇ ਜਿਹੜਾ ਚਾਓ ਬੈਰਾਗੀ ਆ ਉਹਦੇ ਅੰਦਰ ਚਾ ਚੜਿਆ ਹੋਇਆ ਵੀ ਹੁਕਮ ਤੇ ਕਰਨ ਮਹਾਰਾਜ ਕਿਉਂਕਿ ਮੈਂ ਤੇ ਘਰੋਂ ਹੁਕਮ ਮੰਨਣ ਵਾਸਤੇ ਆਇਆ ਮੇਰਾ ਇਹ ਨਹੀਂ ਮਤਲਬ ਕਿ ਟਾਈਮ ਕੀ ਆ ਟਾਈਮ ਉਹ ਵੇਖਣ ਦੋ ਚੀਜ਼ਾਂ ਹੁੰਦੀਆਂ ਨੇ ਇੱਕ ਹੁੰਦਾ ਨੌਕਰ ਇੱਕ ਹੁੰਦਾ ਗੁਲਾਮ ਨੌਕਰ ਜਿਹੜਾ ਵਾ ਉਹਦੀ ਮਰਜ਼ੀ ਹੈ ਕਿਸੇ ਦੇ ਆਖੇ ਲੱਗੇ ਤੇ ਜੇ ਨਹੀਂ ਉਹਦੀ ਮਰਜ਼ੀ ਤੇ ਉਹ ਨਾਂ ਨੱ ਲੱਗੇ ਨੌਕਰ ਅੱਜ ਆਇਆ ਵਾ ਤੁਹਾਡੇ ਦੁਕਾਨ ਤੇ ਨੌਕਰੀ ਕਰਨ ਆਇਆ ਵਾ ਜਾਂ ਤੁਹਾਡੇ ਘਰ ਦਿਹਾੜੀ ਆਇਆ ਜਾਂ ਕਿਦਾਂ ਅੱਜ ਆ ਗਿਆ ਵਾ ਜੇ ਉਹਦਾ ਮਨ ਕਰੇ ਤੇ ਕੱਲ ਨੂੰ ਆਵੇ ਤੇ ਜੇ ਨਾ ਮਨ ਕਰੇ ਤੇ ਉਹਨੂੰ ਬਦੋਬਦੀ ਉਹਦੇ ਕੋਲੋਂ ਕੋਈ ਕੁਝ ਨਹੀਂ ਕਰਾ ਸਕਦਾ ਇਹ ਨੌਕਰ ਦੀ ਹਾਲਤ ਹੈ ਤੇ ਗੁਲਾਮ ਗੁਲਾਮ ਜਿਹੜਾ ਹੈ ਉਹ ਵਿਕਿਆ ਹੁੰਦਾ ਉਹ ਆਪਣੇ ਵੱਲੋਂ ਕੋਈ ਜਵਾਬ ਦੇ ਹੀ ਨਹੀਂ ਸਕਦਾ ਉਹ ਉਹਦੀ ਆਪਣੀ ਕੋਈ ਮੰਗ ਵੀ ਨਹੀਂ ਹੈਗੀ ਉਹਦੀ ਆਪਣੀ ਕੋਈ ਮਨ ਦੀ ਮਰਜ਼ੀ ਵੀ ਨਹੀਂ ਹੈਗੀ ਆਪਣੇ ਵੱਲੋਂ ਕੋਈ ਉਜਰਤ ਵੀ ਨਹੀਂ ਹੈਗੀ ਜੋ ਮਾਲਕ ਕਵੇ ਉਹਨੇ ਉਹ ਹੀ ਕਰਨਾ ਤੇ ਗੁਰੂ ਨਾਨਕ ਦੇਵ ਜੀ ਮਾਰੇ ਨੇ ਤਾਂ ਹੀ ਆਖਿਆ ਸੀ ਪੂਰੀ ਖੁਸ਼ੀ ਉਦੋਂ ਬਣਦੀ ਹੈ ਜਦੋਂ ਕਿਸੇ ਦਾ ਮਨ ਗੁਰੂ ਦਾ غلام ਹੋ ਜਾਏ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਭਾਗਾ ਗੁਰ ਕੀ ਬਚਨੀ ਹਟ ਬਿਕਾਨਾ ਜਿੱਤ ਲਾਇਆ ਤਿੱਤ ਲਾਗਾ ਤੇਰੇ ਲਾਲੇ ਕਿਆ ਚਤرائی ਸਾਹਿਬ ਕਾ ਹੁਕਮ ਨਾ ਕਰਨਾ ਜਾਈ ਇਹ ਲਾਲਾ ਜਿਹੜਾ ਨਾ ਇਹ ਫਾਰਸੀ ਦਾ ਲਬਜ ਹੈ ਜੀਵੇਂ ਇੱਥੇ ਹਾਸੇ ਨਾਲ ਹੀ ਕਹਿ ਦਿੰਦੇ ਨਾ ਦੁਕਾਨ ਤੇ ਲਾਲਾ ਬੈਠਾ ਹੋਇਆ ਲਾਲੇ ਦਾ ਮਤਲਬ ਹੁੰਦਾ ਗੁਲਾਮ ਵਿਕਿਆ ਹੋਇਆ ਮਾਰੇ ਕਹਿੰਦੇ ਨੇ ਤੇਰੇ ਲਾਲੇ ਕਿਆ ਚਤرائی ਲਾਲਾ ਜਿਹੜਾ ਪਹਿਲਾਂ ਹੀ ਗੁਲਾਮ ਤੇਰੇ ਦਰ ਤੇ ਵਿਕ ਗਿਆ ਇਹ ਚਤرائی ਨਹੀਂ ਕਰ ਸਕਦਾ ਇਹ ਆਪਣੀ ਅਕਲ ਨਹੀਂ ਵਰਤ ਸਕਦਾ ਇਹਨੂੰ ਜੋ ਕਹੋਗੇ ਇਹ ਉਹ ਹੀ ਕਰੂਗਾ ਤੇ ਵਿਕਿਆ ਹੋਇਆ ਸੀ ਭਾਈ ਲੈਣਾ ਤੇ ਬਾਬਾ ਸ੍ਰੀ ਚੰਦ ਲਖਮੀ ਦਾਸ ਗੁਰੂ ਕੇ ਪੁੱਤ ਸੀ ਉਹ ਵਿਕੇ ਹੋਏ ਨਹੀਂ ਸੀ ਉਹ ਆਪਣਾ ਘਰ ਸਮਝਦੇ ਸੀ ਆਪਣੀ ਮਾਲਕੀ ਸਮਝਦੇ ਸੀ ਤਾਂ ਕਰਕੇ ਉਹ ਪਿੱਛੇ ਪੈ ਗਏ ਭਾਵੇਂ ਦੁਨੀਆ ਨੇ ਆਖਿਆ ਵੀ ਹੋ ਰਿਓ ਗੰਗ ਬਿਹਾਇਨ ਦੁਨੀਆਈ ਆਖੇ ਕਿ ਕਿਉਂ ਦੁਨੀਆਦਾਰ ਲੋਕ ਕਹਿੰਦੇ ਸੀ ਆ ਗੁਰੂ ਨਾਨਕ ਨੇ ਪੁੱਠੀ ਗੰਗਾ ਬਹਾਤੀ ਆ ਓਏ ਹੋ ਰਿਓ ਗੰਗ ਬਿਹਾਇਨ ਇਹ ਤੇ ਗੰਗਾ ਤੇ ਜਾਣੀ ਚਾਹੀਦੀ ਸੀ ਸ੍ਰੀ ਚੰਦ ਵੱਲ ਨੂੰ ਜੋ ਪਿਓ ਦੀ ਮਾਲਕੀ ਪੁੱਤ ਨੂੰ ਮਿਲਣੀ ਚਾਹੀਦੀ ਸੀ ਪਰ ਬਾਬੇ ਨੇ ਪੁੱਠੀ ਗੰਗਾ ਬਹਾਦਤ ਹੀ ਆ ਪੁੱਤਰਾਂ ਨੂੰ ਛੱਡ ਕੇ ਤੇ ਸੇਵਕ ਨੂੰ ਸਾਬ ਬਣਾ ਦਿੱਤਾ ਹੈ ਤੇ ਪੁੱਤਰਾਂ ਨੂੰ ਉਸ ਸੇਵਕ ਦੇ ਪੈਰਾਂ ਤੇ ਪਵਾ ਦਿੱਤਾ ਹੈ ਇਹ ਕੀ ਕੀਤਾ ਪਰ ਆਰੰਭਕ ਪੰਕਤੀ ਵਿੱਚ ਸੱਤੇ ਬਲਵੰਡ ਨੇ ਇਹੋ ਹੀ ਆਖਿਆ ਨਾਉ ਕਰਤਾ ਕਾਦਰ ਕਰੇ ਕਿਉਂ ਬੋਲ ਹੋਵੇ ਜੋ ਖੀਮ ਦੇ ਰੱਬ ਦਾ ਰੂਪ ਗੁਰੂ ਨਾਨਕ ਦੇਵ ਤੇ ਗੁਰੂ ਨਾਨਕ ਦੇ ਮੂੰਹ ਚੋਂ ਨਿਕਲੇ ਹੋਏ ਬੋਲ ਉਹਨਾਂ ਨੂੰ ਕੋਈ ਵਿਚਾਰ ਨਹੀਂ ਕਰ ਸਕਦਾ ਵੀ ਮਾਹਰੇ ਨੇ ਕੀ ਕੀਤਾ ਜੋ ਗੁਰੂ ਨਾਨਕ ਨੇ ਕੀਤਾ ਉਹ ਸਹੀ ਕੀਤਾ ਹੈ ਕਿਉਂ ਸਹੀ ਕੀਤਾ ਹੈ ਕਿਉਂਕਿ ਉੱਥੇ ਹੀ ਉਹ ਲਿਖਿਆ ਹੋਇਆ ਸਿੱਖਾਂ ਪੁੱਤਰਾਂ ਘੋਖ ਕੈ ਸਭ ਉਮਤ ਵੇਖੋ ਜਿ ਕਿਉਨ ਜਾਂ ਸੁਦੋਸ ਤਾ ਲੈਣਾ ਟਿਕਿਉਨ ਸਿੱਖ ਵੀ ਪਰਖੇ ਪੁੱਤ ਵੀ ਪਰਖੇ ਸਾਰੀ ਸੰਗਤ ਨੂੰ ਪਰਖਿਆ ਜਦੋਂ ਸਾਰਿਆਂ ਦੇ ਵਿੱਚ ਉਹ ਸ਼ੁੱਧ ਸੀ ਤੇ ਉਹ ਲੈੜਾਂ ਹੀ ਸੀ ਤਾਂ ਕਰਕੇ ਲੈਣੇ ਨੂੰ ਤਖਤ ਦੇ ਉੱਤੇ ਬਿਠਾਇਆ ਗਿਆ ਕਿੰਨੂੰ ਬਿਠਾਇਆ ਜਿਨੇ ਆਪਣਾ ਮਨ ਵੇਚ ਦਿੱਤਾ ਹੋਇਆ ਸੀ ਗੁਲਾਮ ਹੋ ਕੇ ਬੈਠਾ ਹੋਇਆ ਸੀ ਗੁਰੂ ਨਾਨਕ ਦੇ ਘਰ ਗੁਲਾਮ ਨੇ ਸਵਾਲ ਜਵਾਬ ਨਹੀਂ ਕਰਨੇ ਹੁੰਦੇ ਗੁਲਾਮ ਨੇ ਸਿਰਫ ਬਚਨ ਮੰਨਣਾ ਹੁੰਦਾ ਪੁੱਤਰਾਂ ਨੇ ਗੁਲਾਮ ਗੁਲਾਮਪੁਣਾ ਨਹੀਂ ਕੀਤਾ ਉਹ ਬਚਨ ਨਹੀਂ ਸੀ ਮੰਨਦੇ ਲੈਣੇ ਨੂੰ ਆਖਿਆ ਲੈਣਿਆ ਤੂੰ ਜਾ ਚਾਦਰ ਧੋ ਕੇ ल्या ਉਹ ਸੇ ਵੇਲੇ ਉੱਠ ਕੇ ਚਲੇ ਗਏ ਆਪ ਸਾਰੇ ਪੰਥ ਨੂੰ ਪਤਾ ਹੈ ਕਿ ਚਾਦਰ ਧੋਤੀ ਵੀ ਸੁਕਾਈ ਵੀ ਬਾਦ ਵਿੱਚ ਸਾਰੇ ਨੇ ਪੁੱਛਿਆ ਸੀ ਲੈਣੇ ਨੂੰ ਵੀ ਲੈਣਿਆ ਤੈਨੂੰ ਪਤਾ ਸੀ ਵੀ ਇਹ ਚਾਦਰ ਅੱਧੀ ਰਾਤ ਨੂੰ ਧੁੱਪ ਜੇਗੀ ਸੁੱਕ ਜਾਏਗੀ ਤੇ ਫੇਰ ਤੂੰ ਲਿਆ ਕੇ ਮਹਾਰਾਜ ਦੀ ਖੁਸ਼ੀ ਲਵੇਂਗਾ ਭਾਈ ਲੈਣੇ ਨੇ ਆਖਿਆ ਨਹੀਂ ਮੈਨੂੰ ਨਹੀਂ ਪਤਾ ਵੀ ਖੂਹ ਦੇ ਉੱਤੇ ਸੂਰਜ ਚੜ ਜਾਣਾ ਸੀ ਮੇਰੇ ਜਾਂਦਿਆਂ ਨੂੰ ਰਾਤ ਤੇ ਅੱਧੀ ਦੁਨੀਆ ਸੁੱਤੀ ਪਈ ਹੈ ਮੈਨੂੰ ਕੀ ਪਤਾ ਸੀ ਵੀ ਅੱਧੀ ਰਾਤ ਨੂੰ ਚਾਦਰ ਧੋਵਾਂ ਤੇ ਸੁੱਕ ਜਾਣੀ ਆ ਇਹ ਮੇਰੀ ਜ਼ਿੰਮੇਵਾਰੀ ਨਹੀਂ ਸੀ ਵੀ ਚਾਦਰ ਸੁੱਕ ਜੇ ਮੇਰੀ ਜ਼ਿੰਮੇਵਾਰੀ ਇੰਨੀ ਆ ਵੀ ਮੇਰੇ ਬਾਬੇ ਨੇ ਆਖਿਆ ਵੀ ਲੈਣਿਆ ਚਾਦਰ ਧੋਖੇ ਲਿਆ ਤੇ ਸਿੱਖ ਦਾ ਕੰਮ ਆ ਵੀ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਰਾਲੀ ਮੈਂ ਉੱਠ ਕੇ ਧੋਣ ਚਲਿਆ ਗਿਆ ਅੱਗੇ ਕੰਮ ਸਾਰੇ ਬਾਬੇ ਦੇ ਸੀ ਉਹਨੇ ਸੂਰਜ ਵੀ ਚੜਾਇਆ ਚਾਦਰ ਧੁੱਪ ਵੀ ਗਈ ਤੇ ਚਾਦਰ ਸੁੱਕ ਵੀ ਗਈ ਇਹਨੂੰ ਕਹਿੰਦੇ ਨੇ ਗੁਲਾਮ ਜਿਹੜਾ ਗੁਲਾਮ ਆ ਉਹ ਸਭ ਕੁਝ त्याਗਣ ਵਾਸਤੇ ਤਿਆਰ ਆ ਜਿਹੜਾ ਗੁਲਾਮ ਨਹੀਂ ਉਹ ਆਪਣੀ ਨੀਂਦ ਨਹੀਂ ਛੱਡ ਸਕਦਾ ਉਹ ਮੰਜੀ ਤੋਂ ਨਹੀਂ ਉੱਠ ਸਕਦਾ ਗੁਰੂ ਕੇ ਬਚਨ ਪਿੱਛੇ ਉਹਨੇ ਤਿਆਗਣਾ ਕੀਆ ਤੇ ਬਿਰਾਗ ਚਾਹ ਵਾਲੇ ਬਿਰਾਗ ਦੀ ਕਥਾ ਫਰੀਦ ਸਾਹਿਬ ਨੇ 2 ਸਲੋਕਾਂ ਵਿੱਚ ਲਿਖੀ ਉਹਨਾਂ ਕਹਿੰਦਾ ਇੱਕ ਦੁਨੀਆਦਾਰ ਵਾ ਉਹਦਾ ਵੀ ਦਰਸ਼ਨ ਕਰੋ ਤੇ ਇੱਕ ਗੁਰਮੁਖਿਆ ਜਿਹਦੇ ਅੰਦਰ ਚਾਹ ਵਾਲਾ ਬਿਰਾਗ ਆ ਉਹਦਾ ਵੀ ਦਰਸ਼ਨ ਕਰੋ ਦੁਨੀਆਦਾਰ ਲੋਕ ਕੀ ਕਹਿੰਦੇ ਆ ਦੁਨੀਆਦਾਰ ਲੋਕ ਕਹਿੰਦੇ ਆ ਵੀ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹ ਇਹ ਦੁਨੀਆਦਾਰਾਂ ਦੀਆਂ ਗੱਲਾਂ ਨੇ ਉਹ ਕਹਿੰਦੇ ਆ ਮੇਰਾ ਗੁਰੂ ਦੇ ਨਾਲ ਪਿਆਰ ਵਾ ਪਰ ਜਾਵਾਂ ਕਿੱਦਾਂ ਗਲੀ ਵਿੱਚ ਚਿੱਕੜਿਆ ਭਾਵੇਂ ਦੇ ਅੰਤਰੀਵ ਭਾਵ ਕਈ ਨੇ ਉਹਨਾਂ ਨੇ ਦੋ ਤਰੀਕੇ ਲਿਖੇ ਹੋਏ ਆ ਦੁਨੀਆਦਾਰ ਕਹਿੰਦੇ ਆ ਮੈਂ ਸੰਗਤ ਵਿੱਚ ਜਾਣਾ ਚਾਹੁੰਦਾ ਸੀ ਪਰ ਮੀ ਆ ਗਿਆ ਉਹ ਜਿਹੜਾ ਕਿਣਮਣ ਆਇਆ ਨਾ ਕਿਣਮਣ ਉਹਦੇ ਨਾਲ ਮੇਰੇ ਕੱਪੜੇ ਭੇਜ ਜਾਣੇ ਤੇ ਮੈਂ ਅਖੇ ਮੈਂ ਸੋਚਿਆ ਤੇ ਪਿਆਰ ਤੇ ਹੈਗਾ ਹੀ ਆ ਚਲ ਕੋਈ ਗੱਲ ਨਹੀਂ ਹੁਣ ਨਹੀਂ ਜਾਂਦੇ ਕਾਵੇਂ ਕੱਪੜੇ ਭੇਜਣਗੇ ਚੱਲਾਂ ਤਾਂ ਭੀਜੇ ਕੰਬਲੀ ਰਹਾ ਤਾਂ ਟੁੱਟੈ ਨੇਹੋ ਇਹ ਬਾਅਦ ਵਿੱਚ ਉਹਨਾਂ ਨੇ ਆਖਿਆ ਗੁਰਮੁਖ ਦੀ ਗੱਲ ਆ ਪਹਿਲੀ ਦੁਨੀਆਦਾਰੀ ਦੀ ਗੱਲ ਆਖੀ ਵੀ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨੇਹੋ ਚੱਲਾਂ ਤਾਂ ਭਿੱਜੈ ਕੰਬਲੀ ਰਹਾ ਤਾਂ ਟੁੱਟੈ ਨੇਹੋ ਹੁਣ ਕੀ ਕਰਾਂ ਜੇ ਮੈਂ ਤੁਰਦਾ ਵਾਂ ਮੀਂਹ ਵਿੱਚ ਤੇ ਮੇਰੇ ਕੱਪੜੇ ਭਿੱਜਦੇ ਆ ਜੇ ਮੈਂ ਰਹਿਨਾ ਵਾਂ ਤੇ ਮੇਰਾ ਪਿਆਰ ਟੁੱਟ ਜਾਂਦਾ ਹੈ ਤੇ ਦੁਨੀਆ ਦੇ ਲੋਕ ਸਲਾਮਾਂ ਕਰਦੇ ਕਰਦੇ ਸਲਾਮਾਂ ਕਰਦੇ ਗੁਰੂ ਵੱਲੋਂ ਪਿਆਰ ਰਹਿਣ ਦਿੰਦੇ ਆ ਤੇ ਆਪਣਾ ਸੁੱਖ ਬਚਾ ਕੇ ਤੇ ਬਹਿ ਜਾਂਦੇ ਆ ਕੋਈ ਕੱਲ ਨਹੀਂ ਬਹਿ ਜਾਉ ਰਾਮਨਾ ਸੁੱਖ ਉਥੇ ਜਾ ਕੇ ਕੀ ਕਰਾਂਗੇ ਫਿਰ ਗੁਰੂ ਨਾਨਕ ਦੇਵ ਜੀ ਨੂੰ ਕਹਿਣਾ ਪਿਆ ਨਾਨਕ ਦੁਨੀਆ ਚਾਰ ਦਿਹਾੜੇ ਸੁੱਖ ਕੀਤੇ ਦੁੱਖ ਹੋਈ ਦੁਨੀਆ ਨੂੰ ਗੁਰੂ ਨਾਨਕ ਦੇਵ ਜੀ ਨੂੰ ਕਹਿੜਾ ਪਿਆ ਜਿਹੜੇ ਤੁਸੀਂ ਸਵੇਰੇ ਉੱਠਦੇ ਨਹੀਂ ਨਾ ਚਾ ਨਾਲ ਵੀ ਕੋਈ ਕੱਲ ਨਹੀਂ ਹੋਰ ਸੌਣ ਲੋ ਘੜੀ ਇਹ ਉਮ ਲੰਮੀ ਉਮਰ ਨਹੀਂ ਗਈ ਇਹ ਚਾਰ ਦਿਨਾਂ ਦੀ ਖੇਡ ਆ ਜਿਹੜਾ ਅੱਜ ਸੁੱਖ ਲੈ ਕੇ ਮੰਜੀ ਤੇ ਲੰਮੇ ਪਿਆ ਰਵੇਗਾ ਮੰਜੀ ਤੇ ਨਹੀਂ ਉੱਠੇਗਾ ਆਉਣ ਵਾਲੇ ਸਮੇਂ ਨੂੰ ਬਹੁਤ ਵੱਡਾ ਦੁੱਖ ਚੜਨਾ ਪਏਗਾ ਨਾਨਕ ਦੁਨੀਆ ਚਾਰ ਦਿਹਾੜੇ ਸੁੱਖ ਕੀਤੇ ਦੁੱਖ ਹੋਈ ਅੱਜ ਬਣਾ ਛੜਨ ਸੁੱਖ ਨਾ ਉঠে ਕੋਈ ਵੀ ਕੋਈ ਗੱਲ ਨਹੀਂ ਆਉਣ ਵਾਲੇ ਸਮੇਂ ਇਹਨਾਂ ਨੂੰ ਪੁੱਛਿਆ ਜਾਏਗਾ ਤੈਨੂੰ ਹੁਕਮ ਸੀ ਅੰਮ੍ਰਿਤ ਵੇਲੇ ਉੱਠੰਦਾ ਤੂੰ ਉੱਠਿਆ ਕਿਉਂ ਨਹੀਂ ਉਹ ਗਲੀ 'ਚ ਖਲੋਤਾ ਹੋਇਆ ਸਲਾਹ ਕਰਦਾ ਵੀ ਛੱਟਾਂ ਪੈ ਗਈਆਂ ਨੇ ਸੰਗਤ ਵਿੱਚ ਜਾਵਾਂਗੇ ਨਾ ਕਪੜੇ ਭਿੱਜ ਜਾਣੇ ਨੇ ਇਹ ਦੁਨੀਆਦਾਰ ਆ ਤੇ ਦੂਜੇ ਪਾਸੇ ਗੁਰਮੁਖ ਜਿਹੜਾ ਸਭ ਕੁਝ ਨਿਸ਼ਾਵਰ ਕਰਨ ਨੂੰ ਤਿਆਰ ਆ ਉਹ ਕਹਿੰਦਾ ਹੈ ਭਿੱਜੋ ਸਿੱਜੋ ਕੰਬਲੀ ਅੱਲਾ ਵਰਸੈ ਨੇਹੋਂ ਜਾਏ ਮਿਲਾਂ ਤੈਨਾਂ ਸੱਜਣਾ ਟੁੱਟਾ ਨਾਹੀ ਨੇਹੋਂ ਸੱਜਣਾ ਨੂੰ ਜਾ ਕੇ ਮਿਲ ਪਾਵਾਂ ਆਪਣੇ ਗੁਰੂ ਨੂੰ ਮਿਲ ਪਾਵਾਂ ਕੱਪੜਿਆਂ ਦੀ ਕਿਹੜੀ ਗੱਲ ਵਾਜੇ ਗਿੱਲੇ ਹੋ ਜਾਣਗੇ ਤੇ ਫਿਰ ਸੁੱਖ ਵੀ ਜਾਣਗੇ ਗੁਰਮੁਖ ਸੁੱਖ ਛੱਡਣ ਨੂੰ ਤਿਆਰ ਆ ਦੁੱਖ ਝੱਲਣ ਨੂੰ ਤਿਆਰ ਆ ਬੜਾ ਚਾਹ ਵਾ ਉਹਦੇ ਅੰਦਰ ਤੇ ਇਸੇ ਚਾਹ ਵਾਲੇ ਤਿਆਗੀ ਬੈਰਾਗੀ ਦੋਹੀ ਅੱਜ ਗੁਰੂ ਰਾਮਦਾਸ ਜੀ ਮਾਰੇ ਨੇ ਆਖਿਆ ਹੈ ਇਹ ਬੰਦਾ ਮਾਰਗ ਤੇ ਤੁਰਿਆ ਜਾਂਦਾ ਹੈ ਇਹਦੇ ਅੱਗੇ ਕੋਈ اٹਕਲ ਨਹੀਂ ਆ ਸਕਦੀ ਕਿਉਂਕਿ ਬੈਰਾਗੀ ਬੰਦਾ ਹਰ ਚੀਜ਼ ਨੂੰ ਠੋਕਰ ਮਾਰ ਕੇ ਪਾਸੇ ਕਰ ਦਿੰਦਾ ਹੈ ਬੈਰਾਗੀ ਬੰਦੇ ਦੇ ਅੱਗੇ ਪੈਸਾ ਆ ਗਿਆ ਉਹਨੂੰ ਵੀ ਇੱਕ ਪਾਸੇ ਕਰ ਦੇਗਾ ਬਰਾਗੀ ਬੰਦੇ ਦੇ ਅੱਗੇ ਧੀਆਂ ਪੁੱਤ ਦੋਸਤ ਮਿੱਤਰ ਉਹ ਸੱਜਣ ਜਿਹੜੇ ਸੰਗਤ ਵੱਲੋਂ ਰੋਕਦੇ ਨੇ ਜਿਹੜੀ ਜਿਹੜੀ ਚੀਜ਼ ਆਈ ਉਹ ਠੋਕਰ ਮਾਰ ਕੇ ਲਾਂਬੇ ਕਰ ਦੂਗਾ ਕਿਉਂਕਿ ਉਹ ਇਹ ਗੱਲ ਆਖੂਗਾ ਪਈ ਧਨ ਸਵੇਲਾ ਜਿਤ ਦਰਸਨ ਕਰਨਾ ਧਨ ਸਵੇਲਾ ਜਿਤ ਦਰਸਨ ਕਰਨਾ ਹੌਂ ਬਲੇ ਹਾਰੀ ਸਤ ਗੁਰ ਚਰਨ ਹੌਂ ਬਲੇ ਹਾਰੀ ਸਤ ਗੁਰ ਚਰਨ ਹਰ ਇੱਕ ਚੀਜ਼ ਆਪਣੇ ਗੁਰੂ ਤੋਂ ਸਦਕੇ ਕਰ ਦਿੰਦਾ ਹੈ ਹਰ ਇੱਕ ਚੀਜ਼ ਉਹਨੂੰ ਨਿੱਕੀ ਲੱਗਣ ਲੱਗ ਪੈਂਦੀ ਗੁਰੂ ਕੇ ਦਰਸ਼ਨ ਦੇ ਬਦਲੇ ਇਹ ਕੌਣ ਆ ਇਹ ਆ ਗੁਰੂ ਰਾਮਦਾਸ ਜੀ ਦਾ ਚਾਉ ਬਿਰਾਗੀ ਜਿਹਦੇ ਅੰਦਰ ਗੁਰੂ ਪਰਮੇਸ਼ਰ ਨੂੰ ਮਿਲਣ ਵਾਸਤੇ ਚਾ ਚੜਿਆ ਹੋਇਆ ਉਹਨੇ ਇਹ ਕੀ ਇਹ ਚੀਜ਼ਾਂ ਦੇ ਨਿੱਕੀਆਂ ਨਿੱਕੀਆਂ ਉਹ ਅਸਲੀ ਬਿਰਾਗੀ ਫਿਰ ਕਹਿ ਦਿੰਦਾ ਪੀ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨਪ੍ਰੀਤ ਚਰਨ ਕਮਲਾਰੇ ਤੇਰੀ ਪ੍ਰੀਤ ਦੇ ਸਾਹਮਣੇ ਜੇ ਰਾਜ ਆਵੇ ਤੇ ਮੈਂ ਰਾਜ ਵੀ ਛੱਡ ਦਿਆਂਗਾ ਤੇਰੀ ਪ੍ਰੀਤ ਦੇ ਸਾਹਮਣੇ ਜੇ ਮੁਕਤੀ ਰੁਕਾਵਟ ਬਣੇ ਤੇ ਮੈਂ ਇਸ ਮੁਕਤੀ ਨੂੰ ਵੀ ਲਾਂਭੇ ਕਰ ਦਿਆਂਗਾ ਮੈਂ ਮੁਕਤੀ ਨੂੰ ਕੀ ਕਰਨਾ ਮੈਨੂੰ ਤੇ ਤੇਰੇ ਚਰਨਾਂ ਵਿੱਚ ਸਾਰੇ ਸੁੱਖ ਨੇ ਅੱਜ ਉਸ ਬੈਰਾਗੀ ਦੀ ਗੱਲ ਗੁਰੂ ਰਾਮਦਾਸ ਜੀ ਮਾਰੇ ਕਹਿੰਦੇ ਨੇ ਹਰ ਤੀ ਜਿਹੜੀ ਲਾਮ ਮਨ ਚਾਓ ਬੈ ਆ ਬੈ ਰਾਗੀਆਂ ਬਲਰਾਮ ਜੀਓ ਇਹ ਗੁਰੂ ਨਾਨਕ ਦੇ ਸਿੱਖ ਜਿਹੜੇ ਨੇ ਜਿਹੜੇ ਤਪਸਵੀ ਲੋਕ ਨੇ ਉਨ੍ਹਾਂ ਬਿਰਾਗੀਆਂ ਦੇ ਅੰਦਰ ਚਾਹ ਪੈਦਾ ਹੋਇਆ ਤੇ ਉਹ ਚਾਹ ਦੇ ਵਿੱਚ ਮੰਗਦੇ ਕੀ ਆ ਜਿਨ੍ਹਾਂ ਬਿਰਾਗੀਆਂ ਦੇ ਅੰਦਰ ਚਾਹ ਪੈਦਾ ਹੋਇਆ ਉਹ ਮੰਗਦੇ ਕੀ ਆ ਉਹ ਕਹਿੰਦੇ ਆ ਸੰਤ ਜਨ ਹਰ ਮੇਲ ਹਰ ਪਾਇਆ ਵਡ ਭਾਗੀਆਂ ਬਲਰਾਮ ਜੀ ਉਹ ਕਹਿੰਦੇ ਆ ਰੱਬਾ ਸੰਤਾਂ ਦਾ ਮੇਲ ਕਰਾ ਗੁਰਮੁਖਾਂ ਦਾ ਮੇਲ ਕਰਾ ਰੋਜ਼ ਜੀ ਅਰਦਾਸ ਵਿੱਚ ਜਿਹੋ ਹੀ ਕਹਿੰਦੇ ਆ ਨਾ ਮਹਾਰਾਜ ਸੇਈ ਗੁਰਮੁਖ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ ਇਹ ਬਿਲਕੁਲ ਗੱਲ ਸਹੀ ਤੇ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚ ਉਹ ਵੇਖ ਲਿਓ ਤੁਹਾਡੇ ਨਾਲੋਂ ਵੱਧ ਨਾਮ ਜਪਣ ਵਾਲਾ ਗੁਰਸਿੱਖ ਜੇ ਕਿਤੇ ਤੁਹਾਡੇ ਸਾਹਮਣੇ ਆ ਗਿਆ ਤੇ ਪਹਿਲੋਂ ਤੁਹਾਡਾ ਮਨ ਦੁਨੀਆ ਵਿੱਚ ਆ ਜਾਂ ਵਿਹਾਰ ਵਿੱਚ ਲੱਗਾ ਹੋਇਆ ਜਾਂ ਕਿਤੇ ਵੀ ਗਿਆ ਹੋਇਆ ਤੁਹਾਡੇ ਤੋਂ ਜ਼ਿਆਦਾ ਅਭਿਆਸੀ ਸਿੱਖ ਤੁਹਾਡੇ ਸਾਹਮਣੇ ਆਏ ਤੁਸੀਂ ਤੁਹਾਡੇ ਮੂੰਹ ਤੇ ਉਹਨੇ ਕੋ ਬਣਾ ਵਾਹਿਗੁਰੂ 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 ਤੁਹਾਨੂੰ ਕਿਸੇ ਨੇ ਚੇਤੇ ਨਹੀਂ ਕਰਾਇਆ ਆਪੇ ਨਿਕਲਨਾ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜੇ ਚਾਹ ਵਾਲੇ ਬਰਾਗੀ ਨੇ ਨਾ ਉਹ ਕਹਿੰਦੇ ਨੇ ਸਤਗੁਰੂ ਸੰਤਾਂ ਨੂੰ ਮਲਾਈ ਗੁਰਮਖਾਂ ਨੂੰ ਮਲਾਈ ਕਿਉਂਕਿ ਜਿਨ੍ਹਾਂ ਦਾ ਮੁਖ ਵੇਖੀਏ ਤੇ ਮੁਖ ਵੇਖਦਿਆਂ ਸਾਰੀ ਮੂੰਹ ਵਿੱਚੋਂ ਨਿਕਲ ਜਾਵੇ ਵਾਹਿਗੁਰੂ 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 ਕਿਉਂਕਿ ਜਿਹੋ ਜਿਹੇ ਬੰਦਿਆਂ ਦੇ ਨਾਲ ਮਿਲਣਾ ਹੈ ਉਦਾਂ ਦੀ ਵਿਚਾਰ ਹੋ ਜਾਣੀ ਆ ਹੌਲੀ ਹੌਲੀ ਮਨੁੱਖ ਉਦਾਂ ਦਾ ਹੋ ਜਾਣਾ ਹੈ ਤਾਂ ਕਰਕੇ ਗਰੀਬਨਵਾਜੀ ਆਖਿਆ ਨਾਨਕ ਮੇਲ ਮੇਲ ਹਰ ਸੰਗਤ ਮਿਲ ਸੰਗਤ ਹੰਸ ਕਰਾਈਐ ਗੁਰੂ ਰਾਮਦਾਸ ਜੀ ਕਹਿੰਦ ਨੇ ਸੰਗਤ ਦਾ ਦਰਸ਼ਨ ਕਰਾ ਸੰਗਤ ਦਾ ਦਰਸ਼ਨ ਕਰਾ ਸੰਗਤ ਦਾ ਦਰਸ਼ਨ ਕਰਾ ਕਿਉਂਕਿ ਸੰਗਤ ਕਰਦਿਆਂ ਕਰਦਿਆਂ ਕਾਂ ਵਾਲੀ ਬਿਰਤੀ ਤੋਂ ਬਦਲ ਕੇ ਬੰਦਾ ਹੰਸਾਂ ਵਾਲੀ ਬਿਰਤੀ ਤੱਕ ਪਹੁੰਚ ਜਾਂਦਾ ਹੈ ਨਾਨਕ ਮੇਲ ਮੇਲ ਹਰ ਸੰਗਤ ਮਿਲ ਸੰਗਤ ਹੰਸ ਕਰਾਈਐ ਅੱਜ ਮਹਾਰਾਜ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਚਾਹ ਵਾਲੇ ਬਰਾਗੀ ਜਿਹੜੇ ਨੇ ਉਹ ਕਹਿੰਦੇ ਨੇ ਸੰਤਾਂ ਦਾ ਮੇਲ ਕਰਾਓ ਗੁਰਮਖਾਂ ਦਾ ਮੇਲ ਕਰਾਓ ਤੇ ਵੱਡਿਆਂ ਭਾਗਾਂ ਦੇ ਨਾਲ ਉਹਨਾਂ ਨਾਮ ਜਪਣ ਵਾਲਿਆਂ ਦਾ ਦਰਸ਼ਨ ਹੁੰਦਾ ਖੋਟੇ ਭਾਗ ਵਾਲਾ ਬੰਦਾ ਜਿਹੜਾ ਉਹਨਾਂ ਦਾ ਦਰਸ਼ਨ ਵੀ ਨਹੀਂ ਕਰ ਸਕਦਾ ਉਹਨਾਂ ਦਾ ਦਰਸ਼ਨ ਸਾਧਕਾ ਸੰਗ ਵੱਡ ਭਾਗੀ ਪਾਈਐ ਮਹਾਰਾਜ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਵੱਡਿਆਂ ਭਾਗਾ ਨਾਲ ਗੁਰੂ ਦਾ ਦਰਸ਼ਨ ਵੱਡਿਆਂ ਭਾਗਾ ਨਾਲ ਕਿਸੇ ਬੰਦਗੀ ਵਾਲੇ ਦਾ ਦਰਸ਼ਨ ਐਵੇਂ ਦਰਸ਼ਨ ਨਹੀਂ ਹੋ ਸਕਦਾ ਆ ਸਾਡਾ ਜ਼ਿਲ੍ਹਾ ਇਹਨੇ ਪਤਾ ਨਹੀਂ ਕਿੰਨੇ ਕੁ ਚੰਗੇ ਕਰਮ ਕੀਤੇ ਹੋਏ ਨੇ ਜਿੱਥੇ ਸਮੇਂ-ਸਮੇਂ ਦੇ ਨਾਲ ਗੁਰਮੁਖ ਦਰਸ਼ਨ ਦਿੰਦੇ ਨੇ ਤੇ ਹੋਰ ਸਾਰਿਆਂ ਜ਼ਿਲ੍ਹਿਆਂ ਨਾਲੋਂ ਇੱਕ ਦਿਨ ਆਪ ਵੀ ਉਹਨਾਂ ਨੇ ਕਹਿ ਦਿੱਤਾ ਸੀ ਉਹ ਕਹਿੰਦੇ ਸੀ ਸਾਰੀ ਧਰਤੀਆਂ ਨਾਲੋਂ ਚੰਗੀ ਭਾਰਤ ਦੀ ਧਰਤੀ ਤੇ ਭਾਰਤ ਦੀ ਧਰਤੀ ਨਾਲੋਂ ਸਭ ਤੋਂ ਚੰਗਾ ਪੰਜਾਬ ਤੇ ਫਿਰ ਉਹਨਾਂ ਨੇ ਹੌਲੀ ਜੀ ਕਹਿ ਦਿੱਤਾ ਕਹਿੰਦੇ ਪੰਜਾਬ ਸਾਰੇ ਦੇ ਵਿੱਚੋਂ ਸਭ ਤੋਂ ਚੰਗਾ ਜ਼ਿਲ੍ਹਾ ਗੁਰਦਾਸਪੁਰ ਹੁਣ ਇਹ ਜ਼ਿਲ੍ਹਾ ਗੁਰਦਾਸਪੁਰ ਦਾ ਕਹਿਣ ਦਾ ਮਹੱਤਵ ਇਹ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਸਾਰੀ ਦੁਨੀਆ ਤੇ ਹੈਗਾ ਸਾਰੀ ਦੁਨੀਆ ਤੇ ਹਰ ਇੱਕ ਬੰਦਾ ਬਾਣੀ ਪੜ ਪੜ ਕੇ ਸੁਣਾ ਰਿਆ ਪਰ ਜਿਹੜੇ ਮੇਰੇ ਵਰਗੇ ਨੇ ਸਿਰਫ ਜਿਨ੍ਹਾਂ ਨੇ ਅੱਖਰ ਪੜਨ ਦੀ ਜਾਚ ਆ ਉਹ ਪਤਾ ਕਿਦਾਂ ਸੁਣਾਉਂਦੇ ਬਾਣੀ ਇੱਕ ਬੰਦਾ ਬਾਣੀ ਸੁਣਾਉਂਗਾ ਬਹ ਹੋਵੇਗੀ ਉਹ ਬਾਣੀ ਦੀਆਂ ਟੋਕਾਂ ਤੇ ਉਹ ਗੁਰਮੁਖਾਂ ਦੀ ਸਿਫਤ ਕਰ ਕਰਕੇ ਦੱਸੂਗਾ ਵੀ ਮਾਰੇ ਕਹਿ ਰਹੇ ਆ ਗੁਰਮੁਖਾਂ ਦੇ ਨਾਲ ਮੇਲ ਕਰੋ ਗੁਰਮੁਖਾਂ ਦੀ ਸੰਗਤ ਕਰੋ ਤੇ ਸੁਣਾਵੇਗਾ ਉਹ ਦੂਜਾ ਵੀ ਬਾਣੀ ਕਿਉਂਕਿ ਉਹ ਬਾਣੀ ਵਿੱਚ ਲਿਖੀ ਹੋਈ ਆ ਉਹ ਪਤਾ ਕਿਦਾਂ ਸੁਣਾਏਗਾ ਮੈਂ ਅੱਗੇ ਵੀ ਇੱਕ ਵਾਰੀ ਬਚਨ ਕੀਤਾ ਸੀ ਮੂਲ ਮੰਤਰ ਦੀ ਕਥਾ ਚੱਲ ਰਹੀ ਸੀ ਮੂਲ ਮੰਤਰ ਦੀ ਵਡਿਆਈ ਕੀਤੀ ਨਿਸ਼ਾਰੇ ਹੋਲੇ ਮੱਲੇ ਦੇ ਵਿੱਚ ਸੰਤ ਹਰਸਰਨ ਸਿੰਘ ਹੁਣਾ ਬਿਆਜ ਨਾਥਵਾਲਿਆਂ ਨੇ ਉਹ ਕਹਿੰਦੇ ਅਸੀਂ ਜਦੋਂ ਪੰਜਾਬ ਤੋਂ ਤੁਰੇ ਜਾਂਦੇ ਸਾਂ ਇਧਰੋਂ ਗੱਡੀ 'ਚ ਬੈਠੇ ਤੇ ਪਾਲਮਪੁਰ ਇੱਕ ਮੁਸਲਮਾਨ ਇੱਕ ਹੈਗਾ ਸੀ ਕੋਈ ਹੋਟਲ ਵਰਗਾ ਰਾਹ ਵਿੱਚ ਖਲੋਤੇ ਜਲ ਵਰਤਣਾ ਹੋਊਗਾ ਕਿਸੇ ਨੇ ਬਾਥਰੂਮ ਜਾਣਾ ਹੋਊਗਾ ਗੱਡੀ ਪਾਲਮਪੁਰ ਖਲੋਤੀ ਇੱਕ ਮੁਸਲਮਾਨ ਇਹਨਾਂ ਨੇ ਕਿਸੇ ਦੇ ਬਾਥਰੂਮ 'ਤੇ ਨਹੀਂ ਜਾਣਾ ਹੁੰਦਾ ਉਦਾਂ ਚੱਲ ਗਏ ਖੁੱਲੇ ਵਾਲੇ ਪਾਸੇ ਮੁਸਲਮਾਨ ਇੱਕ ਕਾਂਦੇ ਪਿਛਲੇ ਪਾਸੇ ਉਧਰ ਪਹਾੜਾਂ ਦੇ ਵਿੱਚ ਚੌਂਕੜਾ ਮਾਰ ਕੇ ਤੇ ਮੂਲ ਮੰਤਰ ਦਾ ਅਭਿਆਸ ਕਰੇ ਤੇ ਉਹਨੂੰ ਪੁੱਛਿਆ ਵੀ ਤੂੰ ਕਿ ਉਹ ਦੱਸਦਾ ਨਹੀਂ ਸੀ ਪਰ ਉਹ ਖੜੇ ਪੈ ਗਏ ਬਦੋਬਦੀ ਉਹ ਕਹਿੰਦਾ ਸੀ ਮੈਂ ਆਨੰਦ ਨਾਲ ਬੈਠਾ ਮੈਨੂੰ ਨਾ ਛੇੜੋ ਪਰ ਬਦੋਬਦੀ ਜਦੋਂ ਉਹਨਾਂ ਨੇ ਪੁੱਛਿਆ ਇਹ ਕਥਾ ਮੈਂ ਸੁਣਾਈ ਇਥੇ ਧਾਰੀਵਾਲ ਕਿਸ ਦੇ ਘਰ ਤੇ ਮੇਰੇ ਤੋਂ ਮਗ ਰਹੀ ਇੱਕ ਬੰਦਾ ਕੀਰਤनियां ਆ ਮੈਂ ਬਾਣੀ ਦੀ ਗੱਲ ਕਰ ਰਿਹਾ ਵੀ ਵੇਖੋ ਬਾਣੀ ਤੇ ਸਾਰੇ ਥਾਂ ਗੁਰੂ ਦਾ ਪ੍ਰਕਾਸ਼ ਹੈਗਾ ਸੁਣਾਉਣ ਵਾਲਿਆਂ ਦੀ ਜਿੱਦਾਂ ਦੀ ਬਿਰਤੀ ਆ ਓਦਾਂ ਦੀ ਸੰਗਤ ਦੇ ਅੱਗੇ ਉਪਰ ਪਰੋਸ ਕੇ ਰੱਖ ਦਿੰਦੇ ਆ ਚੀਜ਼ ਤੇ ਸੁਣਨ ਵਾਲਿਆਂ ਦੀ ਬਿਰਤੀ ਵੀ ਓਦਾਂ ਦੀ ਹੋ ਜਾਂਦੀ ਜਿੱਦਾਂ ਦਾ ਕੋਈ ਸੁਣਾਉਂਦਾ ਜਦੋਂ ਇਹ ਸਾਰੀ ਕਥਾ ਸੁਣਾਈ ਚਲੋ ਮੈਂ ਸੰਖੇਪ ਵਿੱਚ ਰੱਖ ਦਿੰਦਾ ਜਦੋਂ ਨੂੰ ਪੁੱਛਿਆ ਵੀ ਤੂੰ ਮੁਸਲਮਾਨ ਹੋ ਕੇ ਕੋਈ ਮੂਲ ਮੰਤਰ ਜਪ ਉਹ ਕਹਿੰਦਾ ਵੀ ਮੇਰਾ ਪਿਤਾ ਕਾਲੇ ਜਾਦੂ ਦੇ ਵਿੱਚ ਬੜਾ ਮਾਹਰ ਸੀ ਤੇ ਉਹਦਾ ਕੀਤਾ ਹੋਇਆ ਕੋਈ ਕੱਟ ਨਹੀਂ ਸੀ ਸਕਦਾ ਤੇ ਇਨਾ ਉਹਨੇ ਬਹਿਸ ਕੀਤਾ ਵੀ ਉਹਦੀ ਜੀਪ ਦੇ ਵਿੱਚਲੀ ਜਿਹੜੀ ਲਕੀਰ ਆ ਨਾ ਉਹ ਕਾਲੀ ਹੋ ਗਈ ਸੀ ਕਹਿ ਦਿੰਦੇ ਆ ਨਾ ਵੀ ਫਲਾਣੇ ਬੰਦੇ ਦੇ ਬਹੁਤਾ ਜਿਦੇ ਹੋਣਾ ਉਹਦੀ ਜ਼ੁਬਾਨ ਕਾਲੀ ਹੈ ਭਾਵੇਂ ਜੋ ਕਹਿ ਜੇ ਉਹ ਪੂਰਾ ਹੋ ਜਾਂਦਾ ਭੈੜੀਆਂ ਗੱਲਾਂ ਪੂਰੀਆਂ ਹੋ ਜਾਂਦੀਆਂ ਇਦਾਂ ਦਾ ਸੀ ਤੋਂ ਆਂਦੇ ਆ ਕੋਈ ਸਿੱਖ ਆਏ ਸਿੱਖ ਭਾਵ ਜਿਨ੍ਹਾਂ ਨੇ ਪੱਗਾਂ ਵਧੀਆਂ ਹੁੰਦੀਆਂ ਭਾਵੇਂ ਉਹ ਸਿੱਖ ਹੋਣ ਭਾਵੇਂ ਨਾ ਹੋਣ ਲੋਕੀ ਸਾਰਿਆਂ ਨੂੰ ਸਿੱਖ ਹੀ ਕਹਿ ਦਿੰਦੇ ਆ ਜੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਨਹੀਂ ਉਹ ਸਿੱਖ ਤੇ ਨਹੀਂ ਹੈਗਾ ਪਰ ਆਮ ਲੋਕ ਕਹਿ ਦਿੰਦੇ ਆ ਵੀ ਉਹ ਸਿੱਖ ਆ ਉਹ ਆਏ ਉਹਨਾਂ ਨੇ ਆਪਣੇ ਗਵਾਂਢੀਆਂ ਵਾਸਤੇ ਕੋਈ ਕਰਾ ਕੇ ਖੜਿਆ ਨਹੀਂ ਉਹਨਾਂ ਤੇ ਕੋਈ ਅਸਰ ਹੋਇਆ ਉਹ ਫੇਰ ਆਏ ਮੇਰੇ ਪਿਤਾ ਨੇ ਫੇਰ ਕੁਝ ਕਰਕੇ ਦਿੱਤਾ ਫੇਰ ਉਹਨਾਂ ਨੂੰ ਅਸਰ ਨਹੀਂ ਹੋਇਆ ਉਹ ਤੀਜੀ ਵਾਰੀ ਆ ਕੇ ਮੇਰੇ ਪਿਤਾ ਦੇ ਗਲ ਪੈ ਗਏ ਵੀ ਤੈਨੂੰ ਇੰਨੀ ਵਾਰੀ ਪੈਸੇ ਦਿੱਤੇ ਆ ਉਹਨਾਂ ਦੇ ਕਰ ਹੁੰਦਾ ਕਿਉਂ ਨਹੀਂ ਕੁਝ ਤੂੰ ਆਂਦਾ ਵੀ ਮੇਰਾ ਪਿਤਾ ਆਂਦਾ ਮੇਰਾ ਕੀਤਾ ਹੋਇਆ ਤੇ ਵਾਰ ਕਦੀ ਖਾਲੀ ਨਹੀਂ ਜਾਂਦਾ ਤੇ ਉੱਥੇ ਅਸਰ ਕਿਉਂ ਨਹੀਂ ਹੁੰਦਾ ਦੁਪਹਿਰ ਦਾ ਟਾਈਮ ਤੇ ਅੱਧੀ ਛੁੱਟੀ ਹੋਈ ਬੱਚੇ ਸਕੂਲੋਂ ਘਰ ਜਾ ਰਹੇ ਸੀ ਰੋਟੀ ਖਾਣ ਵਾਸਤੇ ਇੱਕ ਛੋਟੇ ਜਿਹੇ ਬੱਚੇ ਨੂੰ ਉਹਨੇ ਫੜ ਕੇ ਖਿਲਾ ਰਿਆ ਇਹ ਉਹਦਾ ਤਰੀਕਾ ਸੀ ਉਹਦੇ ਉੱਤੇ ਕੋਈ ਮੰਤਰ द्या ਪੜਿਆ ਤੇ ਬੱਚਾ ਸਿੱਧਾ ਸਦਾ ਖਲੋ ਗਿਆ ਉਹਦੀ ਆਤਮਾ ਤੇ ਕਾਬੂ ਕਰਕੇ ਉਹਦਾ ਪੁੱਤ ਕਹਿੰਦਾ ਮੇਰੇ ਪਿਤਾ ਨੇ ਆਖਿਆ ਵੀ ਫਲਾਣੇ ਬੰਦੇ ਦੇ ਘਰ ਮੈਂ ਦੋ ਵਾਰੀ ਕੁਝ ਕਰਕੇ ਭੇਜਿਆ ਪਤਾ ਕਰਕੇ ਦੱਸ ਵੀ ਉਹਦੀ ਆਤਮਾ ਨੂੰ ਪੁੱਛਿਆ ਪੀ ਉਹਨਾਂ ਤੇ ਅਸਰ ਕਿਉਂ ਨਹੀਂ ਹੁੰਦਾ ਤੇ ਉਹ 1 ਮਿੰਟ ਵਾਸਤੇ ਖਮੋਸ਼ ਰਿਹਾ ਤੇ ਉਹ ਕੜਾ ਕਰਕੇ ਬੱਚਾ ਬੋਲਿਆ ਉਹ ਕਹਿੰਦਾ ਉੱਥੇ ਨਾ ਘੜੀਮੁੜੀ ਕਰਕੇ ਕੁਝ ਭੇਜ ਉੱਥੇ ਤੇਰਾ ਮੰਤਰ ਨਹੀਂ ਚੱਲਣਾ ਕੋਈ ਵੀ ਕਿਉਂਕਿ ਉਹ ਘਰ ਵਾਲੇ ਜਿਹੜੇ ਲੋਕ ਨੇ ਉਹ ਗੁਰੂ ਨਾਨਕ ਦੇ ਮੂਲ ਮੰਤਰ ਦਾ ਅਭਿਆਸ ਕਰਦੇ ਆ ਤੇ ਜਿਨ੍ਹਾਂ ਘਰਾਂ ਵਿੱਚ ਮੂਲ ਮੰਤਰ ਦਾ ਅਭਿਆਸ ਹੁੰਦਾ ਉਹ ਮੂਲ ਮੰਤਰ ਆ ਤੇਰਾ ਮੰਤਰ ਆ ਬਹੁਤਾ ਜ਼ੋਰ ਲਾਏਗਾ ਤੇ ਤੇਰੀ ਟੱਕਰ ਗੁਰੂ ਨਾਨਕ ਨਾਲ ਹੋ ਜਾਣੀ ਆ ਤੇ ਗੁਰੂ ਨਾਨਕ ਦੇ ਨਾਲ ਜੇ ਟੱਕਰ ਹੋਈ ਤੇ ਫੇਰ ਤੇਰਾ ਕੀ ਬਣਨਾ ਏ ਤੂੰ ਆਪੇ ਵੇਖ ਲੈ ਉਹ ਬੱਚਾ ਜਦੋਂ ਇਦਾਂ ਬੋਲਿਆ ਉਹਨੇ ਫੇਰ ਕੋ ਮੰਤਰ ਪੜਿਆ ਉਹ ਬੱਚਾ ਹੋਸ਼ ਵਿੱਚ ਆ ਗਿਆ ਉਹ ਕਹਿੰਦਾ ਵੀ ਉਹ ਘਰੋਂ ਚੱਲ ਗਿਆ ਉਹਦੇ ਦੱਸਣ ਦੇ ਮੁਤਾਬਕ ਬਾਅਦ ਵਿੱਚ ਉਹ ਕਹਿੰਦਾ ਵੀ ਮੇਰੇ ਪਿਤਾ ਨੇ ਉਹਨਾਂ ਸਿੱਖਾਂ ਨੂੰ ਪੁੱਛਿਆ ਜਿਹੜੇ ਮੇਰੇ ਪਿਤਾ ਕੋਲੋਂ ਕੁਝ ਕਰਾਉਣ ਆਏ ਸੀ ਵੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਧਰਮ ਵਿੱਚ ਮੂਲ ਮੰਤਰ ਕੀ ਆ ਉਹਨਾਂ ਕਹਿਆ ਹਾਂ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਮੂਲ ਮੰਤਰ ਹੀ ਲਿਖਿਆ ਹੋਇਆ ਤੋ ਆਂਦੇ ਆ ਜਿਨ੍ਹਾਂ ਦਾ ਗੁਰੂ ਏਡੀ ਵੱਡੀ ਚੀਜ਼ ਦੇ ਗਿਆ ਤੇ ਉਹਨਾਂ ਦੇ ਸਿੱਖ ਅਜੇ ਵੀ ਮੰਤਰਾਂ ਵਾਲੇ ਪਾਸੇ ਤੁਰੇ ਫਿਰਦੇ ਆ ਜਿਸ ਮੂਲ ਮੰਤਰ ਦੇ ਅਭਿਆਸ ਦੇ ਅੱਗੇ ਮੇਰਾ ਮੰਤਰ ਹੀ ਕੋਈ ਨਹੀਂ ਚੱਲਿਆ ਇਹਦਾ ਮਤਲਬ ਤੇ ਫਿਰ ਮੂਲ ਮੰਤਰ ਵੱਡਾ ਹੋਇਆ ਉਹ ਕਹਿੰਦਾ ਉਸ ਦਿਨ ਉਹਨਾਂ ਸਿੱਖਾਂ ਨੂੰ ਆਖਿਆ ਜਾਓ ਜਾ ਕੇ ਆਪਣੇ ਘਰ ਮੂਲ ਮੰਤਰ ਪੜੋ ਕਿਸੇ ਦਾ ਨੁਕਸਾਨ ਕਰਕੇ ਤੁਹਾਨੂੰ ਸੁੱਖ ਨਹੀਂ ਮਿਲਣਾ ਮੂਲ ਮੰਤਰ ਬੜੋ ਸੁੱਖ ਆਪੇ ਹੀ ਹੋ ਜਾਏਗਾ ਨਾਲ ਹੀ ਉਹਨੇ ਉਹ ਜਾਦੂ ਮੰਤਰ ਕਰਨਾ ਜਿਹੜਾ ਸੀ ਉਹ ਛੱਡ ਦਿੱਤਾ ਛੱਡ ਕੇ ਤੇ ਮੂਲ ਮੰਤਰ ਜਪਿਆ ਤੇ ਕਿਰਤ ਕਰਕੇ ਪ੍ਰਸ਼ਾਦਾ ਛਕਿਆ ਤੇ ਉਹ ਕਹਿੰਦਾ ਅਸੀਂ ਸਮਝਦੇ ਸਾਂ ਸ਼ਾਇਦ ਸਾਡੀ ਰੋਟੀ ਪੜਣੀ ਨਹੀਂ ਚੱਲਣਾ ਮੂਲ ਮੰਤਰ ਦਾ ਅਭਿਆਸ ਕਰਕੇ ਤੇ ਕੀਰਤ ਕਰਕੇ ਪ੍ਰਸ਼ਾਦਾ ਛਕਨੇ ਆ ਤੇ ਘਰ ਵਿੱਚ ਬੜਾ ਸੁੱਖ ਵਾ ਅਸੀਂ ਤੇ ਜਦੋਂ ਟਾਈਮ ਮਿਲਦਾ ਚੌਂਕੜਾ ਮਾਰ ਕੇ ਬਹਿ ਕੇ ਤੇ ਮੂਲ ਮੰਤਰ ਨੂੰ ਜਪਨੇ ਆ ਇਹ ਜਦੋਂ ਮੈਂ ਉੱਥੇ ਕਥਾ ਕੀਤੀ ਵਡਿਆਈ ਤੇ ਮੂਲ ਮੰਤਰ ਦੀ ਸੀ ਉਹ ਜਿਹੜੇ ਬੰਦੇ ਨੇ ਮੇਰੇ ਤੋਂ ਬਾਅਦ ਕੀਰਤਨ ਕਰਨਾ ਸੀ ਉਹਦੀ ਕਿਸੇ ਗੁਰਮਖ ਨਾਲ ਕਿਸੇ ਸੰਤ ਨਾਲ ਕਿਸੇ ਸਾਧ ਨਾਲ ਕੋਈ ਗੱਲਬਾਤ ਹੋਈ ਹੋਊਗੀ ਕਿਤੇ ਤੇ ਖੁਸ਼ੀਆਂ ਦਾ ਸਮਾਗਮ ਹੀ ਤੇ ਉਹਨੇ ਮੇਰੇ ਤੋਂ ਬਾਅਦ ਕੀ ਪੜਿਆ ਨਾਉ ਕੋ ਸਬਜੈਕਟ ਸੀ ਕਿਉਂਕਿ ਮੇਰੇ ਤੋਂ ਪਹਿਲੋ ਇੱਕ ਬਲਾਰਾ ਬੋਲਿਆ ਉਹਨੇ ਗੁਰਮੰਤਰ ਦੀ ਉਪਮਾ ਕੀਤੀ 10-10 ਮਿੰਟ ਸਾਰਾ ਟਾਈਮ ਸੀ ਤੇ ਗੁਰਮੰਤਰ ਤੋਂ ਬਾਅਦ ਮੈਂ ਮੂਲ ਮੰਤਰ ਦੀ ਉਪਮਾ ਕੀਤੀ ਜਿੱਦਾਂ ਮਹਾਰਾਜ ਨੇ ਕਰਾਈ ਤੇ ਮੇਰੇ ਤੋਂ ਬਾਅਦ ਜਿਹੜਾ ਬੋਲਿਆ ਉਹਨੇ ਉੱਥੇ ਸ਼ਬਦ ਪੜ੍ਹਿਆ ਇਹ ਹਰ ਕੇ ਸੰਤਨਾ ਆਖੀਏ ਬਨਾਰਸ ਕੇ ਠੱਗ ਸਾਰੀ ਸੰਗਤ ਵੇਖਣ ਲੱਗ ਪਈ ਵੀ ਇਹ ਸ਼ਬਦ ਦਾ ਤਾਂ ਕੋਈ ਮਤਲਬ ਹੀ ਨਹੀਂ ਸੀ ਇਹ ਤੇ ਵਿਸ਼ਾ ਹੀ ਨਹੀਂ ਕੋਈ ਬਣਦਾ ਇਹਨੂੰ ਤੇ ਨਾਮ ਦੀ ਉਪਮਾ ਕਰਨੀ ਚਾਹੀਦੀ ਸੀ ਜਾਂ ਗੁਰੂ ਕੀ ਉਪਮਾ ਕਰਨੀ ਚਾਹੀਦੀ ਕਿਉਂਕਿ ਇੱਕ ਨੇ ਮੂਲ ਮੰਤਰ ਦੀ ਉਪਮਾ ਕੀਤੀ ਇੱਕ ਨੇ ਗੁਰ ਮੰਤਰ ਦੀ ਉਪਮਾ ਕੀਤੀ ਤੇ ਇਹ ਕਿਧਰ ਨੂੰ ਤੁਰ ਪਿਆ ਉਹ ਤਾਂ ਕਰਕੇ ਤੁਰ ਪਿਆ ਵੀ ਜਿਨ੍ਹਾਂ ਦੀ ਮੈਂ ਗੱਲ ਸੁਣਾਈ ਉਹਦੀ ਉਹਨਾਂ ਦੇ ਨਾਲ ਬਣਦੀ ਨਹੀਂ ਸੀ ਮੇਰੇ ਕਹਿਣ ਦਾ ਮਤਲਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਦੁਨੀਆ ਤੇ ਪ੍ਰਕਾਸ਼ਮਾਨ ਨੇ ਗੁਰਮੁਖ ਲੋਕ ਬੰਦੇ ਬਾਣੀ ਪੜ੍ਹ ਕੇ ਸੁਣਾਉਣ ਵਾਲੇ ਨੇ ਜਿੱਦਾਂ ਦੀ ਬੰਦੇ ਦੀ ਅਵਸਥਾ ਹੋਊਗੀ ਓਦਾਂ ਦੀਆਂ ਪੰਕਤੀਆਂ ਚੁਣ-ਚੁਣ ਕੇ ਲੋਕਾਂ ਨੂੰ ਸੁਣਾਉਂਗਾ ਜਿਹੜੇ ਉਹ ਲੋਕ ਬੈਠੇ ਹੋਏ ਨੇ ਨਿੰਦਕ ਲੋਕ ਟੋਲਾ ਉਹ ਇਹੋ ਜੀ ਪੰਕਤੀਆਂ ਕੱਢ ਕੱਢ ਕੇ ਸੁਣਾਉਂਦੇ ਨੇ ਪਈ ਉਹਨੇ ਦੁਨੀਆ ਦੇ ਵਿੱਚ ਅਗਬਰਾ ਦਿੱਤੀ ਆ ਤੇ ਕੁਝ ਗੁਰਮੁਖੀ ਇਦਾਂ ਦੇ ਬਾਣੀ ਪੜ ਕੇ ਸੁਣਾਉਂਦੇ ਪਈ ਉਹਨਾਂ ਨੇ ਸਿੱਧੇ ਰਾਹ ਪਾ ਦਿੱਤੇ ਔਰ ਇਹ ਤਾਂ ਉਹਨਾਂ ਨੇ ਆਖਿਆ ਸੀ ਹਿੰਦੁਸਤਾਨ ਸਾਰੀ ਦੁਨੀਆ ਤੋਂ ਚੰਗਾ ਭਾਰਤ ਭਾਰਤ ਵਿੱਚੋਂ ਚੰਗਾ ਪੰਜਾਬ ਤੇ ਪੰਜਾਬ ਵਿੱਚੋਂ ਚੰਗਾ ਗੁਰਦਾਸਪੁਰ ਜ਼ਿਲ੍ਹਾ ਜਿੱਥੇ ਗੁਰਮੁਖ ਆਉਂਦੇ ਸੀ ਪਹਿਲੋਂ ਵੀ ਤੇ ਅੱਜ ਵੀ ਉਹਨਾਂ ਆਪਣਾ ਨਾਂ ਤੇ ਨਹੀਂ ਲਿਆ ਆਪਣਾ ਨਾਂ ਨਹੀਂ ਲਿਆ ਪਰ ਸੁਣਨ ਵਾਲਿਆਂ ਨੂੰ ਸਾਨੂੰ ਤੇ ਪਤਾ ਸੀ ਨਾ ਵੀ ਇਹ ਕਹਿ ਕੀ ਰਹੇ ਆ ਜਿਸ ਢੰਗ ਨਾਲ ਉਹਨਾਂ ਨੇ ਸ਼ਬਦ ਨੂੰ ਸੰਸਾਰ ਤੱਕ ਰੱਖਿਆ ਹੈ ਸੁਣਨ ਵਾਲਿਆਂ ਦੇ ਅੰਦਰ ਠੰਡ ਪੈਂਦੀ ਆ ਠੰਡਾ ਪੰਨਿਆਂ ਨੇ ਤੇ ਟੁੱਟੇ ਹੋਏ ਅਨੇਕਾਂ ਜੁੜੇ ਨੇ ਤਾਂ ਕਰਕੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਜਿਹੜੇ ਸਿਆਣੇ ਲੋਕ ਨੇ ਉਹ ਕਹਿੰਦੇ ਨੇ ਕਿ ਸੰਤ ਜਨਾ ਹਰ ਮੇਲ ਹਰ ਪਾਇਆ ਵਡ ਭਾਗੀਆਂ ਬਲਰਾਮ ਜੀ ਰੱਬਾ ਸੰਤਾਂ ਨੂੰ ਮਿਲਾ ਗੁਰਮਖਾਂ ਨੂੰ ਮਿਲਾ ਕਿਉਂਕਿ ਗੁਰਮਖਾਂ ਦੇ ਨਾਲ ਮਿਲਣ ਵਾਲਾ ਬੰਦਾ ਉਹਦੀ ਵਸਤਾ ਉੱਚੀ ਹੋ ਜਾਂਦੀ ਆ ਤੇ ਰੱਬ ਦੀ ਪ੍ਰਾਪਤੀ ਹੋ ਜਾਂਦੀ ਆ ਅੱਗੋਂ ਮਾਰੇ ਕਹਿੰਦੇ ਨੇ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਜਿਨ੍ਹਾਂ ਨੇ ਗੁਰਮਖਾਂ ਦੇ ਵਿੱਚ ਬਹਿ ਕੇ ਬਾਣੀ ਪੜ੍ਹੀ ਉਹ ਹੀ ਗੱਲ ਆ ਗਈ ਨਾ ਜਿਹੜਾਂ ਦੇ ਕੋਲ ਨਾਮ ਦਾ ਅਭਿਆਸ ਨਹੀਂ ਉਹਨਾਂ ਦੇ ਕੋਲ ਬਹਿ ਕੇ ਬਾਣੀ ਪੜੋਗੇ ਤੇ ਉਹ ਇਹੋ ਜਿਹੀਆਂ ਪੰਕਤੀਆਂ ਕੱਡ-ਕੱਡ ਸੁਣਾਉਣਗੇ ਵੀ ਹੋਵੇਗੀ ਗੁਰੂ ਕੀ ਬਾਣੀ ਪਰ ਪੜਨ ਵਾਲੇ ਦਾ ਵੀ ਮਨ ਕਲਪਿਆ ਹੋਊਗਾ ਤੇ ਸੁਣਨ ਵਾਲੇ ਦਾ ਵੀ ਮਨ ਕਲਪਿਆ ਹੋਇਆ ਇੱਥੇ ਸੰਤਾਂ ਗੁਰਮਖਾਂ ਦੀ ਗੱਲ ਕੀਤੀ ਆ ਨੇਕ ਇਨਸਾਨਾਂ ਸਿੱਖਾਂ ਦੀ ਗੱਲ ਕੀਤੀ ਆ ਜਦੋਂ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਬਾਣੀ ਪੜੋਗੇ ਤੇ ਕੀ ਹੋਏਗਾ ਨਿਰਮਲ ਹਰ ਪਾਇਆ ਉਸ ਵਾਹਿਗੁਰੂ ਦੇ ਨਾਮ ਦੀ ਪ੍ਰਾਪਤੀ ਹੋਊਗੀ ਜਿਹੜਾ ਨਿਰਮਲਿਆ ਜਿਹੜਾ ਜਿਹੜਾ ਸੰਗਤ ਵਿੱਚ ਬਹਿ ਕੇ ਜਪੇਗਾ ਉਹਦਾ ਮੈਲਾ ਮਨ ਨਿਰਮਲ ਹੋ ਜਾਏਗਾ ਕਿਉਂ ਕਿਉਂਕਿ ਮਹਾਰਾਜ ਕਹਿੰਦੇ ਨੇ ਮੁਖ ਬੋਲੀ ਹਰ ਬਾਣੀ ਜਿਨ੍ਹਾਂ ਨੇ ਆਪਣੀ ਰਸਨਾ ਤੋਂ ਬਾਣੀ ਪੜੀ ਅ ਸੰਗਤ ਵਿੱਚ ਬਹਿ ਕੇ ਉਹਨਾਂ ਦੇ ਮਨ ਨਿਰਮਲ ਹੋ ਜਾਂਦੇ ਨੇ ਮਹਾਰਾਜ ਕਹਿੰਦੇ ਨੇ ਸੰਤ ਜਨਾ ਵੱਡ ਭਾਗੀ ਪਾਇਆ ਹਰ ਕਥਿਅ ਅਕਥ ਕਹਾਣੀ ਗੁਰਮੁਖਾਂ ਦੀ ਸੰਗਤ ਵਿੱਚ ਬਹਿ ਕੇ ਵੱਡਿਆਂ ਭਾਗਾਂ ਵਾਲਿਆਂ ਨੇ ਰੱਬ ਨੂੰ ਪਾਇਆ ਤੇ ਜਿਹਦੀ ਕਥਾ ਫਿਰ ਕੀਤੀ ਨਹੀਂ ਜਾ ਸਕਦੀ ਜਿਹਦੇ ਬਾਰੇ ਕੋਈ ਬਿਆਨ ਨਹੀਂ ਕੀਤਾ ਜਾ ਸਕਦਾ ਵੀ ਉਹ ਕਿੱਡਾ ਕੁ ਵੱਡਾ ਹੈ ਕਿੱਡਾ ਕੁ ਉਹਦਾ ਦਾਇਰਾ ਵੱਡਾ ਹੈ ਉਹਦਾ ਪ੍ਰਬੰਧ ਕਿੱਡਾ ਕੁ ਵੱਡਾ ਜਦੋਂ ਬਿਆਨ ਤੋਂ ਉਪਰਿਆ ਤੇ ਉਹ ਫਿਰ ਉਹ ਅਕਥ ਕਥਾ ਕਰਦੇ ਆ ਅਕਥ ਕਥਾ ਕੀ ਹੁੰਦੀ ਆ ਉਹ ਕਹਿੰਦੇ ਨੇ ਤੇਰਾ ਅੰਤਕ ਨਹੀਂ ਪਾਇਆ ਜਾ ਸਕਦਾ ਪਤਾ ਲੱਗ ਗਿਆ ਪ੍ਰਸੰਗਤ ਵਿੱਚ ਬੈਠ ਕੇ ਆਨੰਦ ਲਿਆ ਜਾ ਸਕਦਾ ਜਦੋਂ ਆਪਣੀ ਰਸਨਾ ਤੋਂ ਗੁਰਮੁਖ ਜਪਦੇ ਆ ਵਾਹਿਗੁਰੂ ਵਾਹਿਗੁਰੂ Wahi guru, wahi guru. Wahi guru, wahi guru. Wahi guru, wahi guru. Wahi guru, wahi guru. ਵਾਹਿਗੁਰੂ 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 ਅੱਜ ਗੱਲ ਹੋ ਰਹੀ ਆ ਚਾਉ ਬਿਰਾਗੀਆਂ ਦੀ ਜਿਨ੍ਹਾਂ ਬਿਰਾਗਵਾਨਾਂ ਦੇ ਅੰਦਰ ਚਾ ਪੈਦਾ ਹੁੰਦਾ ਗੁਰੂ ਕਿਰਪਾ ਦੇ ਨਾਲ ਨਹੀਂ ਤੇ ਦੁਨੀਆ ਕੋਲ ਟਾਈਮ ਹੈ ਨਹੀਂ ਤੁਸੀਂ ਸ਼ਹਿਰ ਵਿੱਚ ਰਹਿਣ ਵਾਲੇ ਲੋਕ ਦੇ ਅਜੇ ਤੱਕ ਵੀ ਲੋਕੀ ਵੇਲੇ ਨਹੀਂ ਹੋਏ ਤੁਸੀਂ ਟਾਈਮ ਕੱਢ ਲਿਆ ਹਿਆ ਤੁਸੀਂ ਟਾਈਮ ਕੱਢ ਲਿਆ ਗੁਰੂ ਕੀ ਕਿਰਪਾ ਸਦਕਾ ਭਾਵੇਂ ਕੋ 10 ਮਿੰਟ ਕੱਢੇ ਭਾਵੇਂ ਕੋ 15 ਮਿੰਟ ਕੱਢੇ ਭਾਵੇਂ ਕੋ ਆਰੰਭ ਤੋਂ ਪਹਿਲੋਂ ਦੇ ਵੀ ਬੈਠੇ ਹੋਏ ਨੇ ਤੁਸੀਂ ਟਾਈਮ ਕੱਢ ਲਿਆ ਕਿਉਂਕਿ ਤੁਹਾਨੂੰ ਇਸ ਗੱਲ ਦਾ ਪਤਾ ਹੈ ਕਿ ਕਰ ਕਰ ਥਾਕੇ ਵੱਡੇ ਵਢੇਰੇ ਕਿਨੂ ਨਾ ਕੀਏ ਮਾਇਆ ਕਾਜ ਪੂਰੇ ਗੁਰਮੁਖ ਨੂੰ ਇਸ ਗੱਲ ਦਾ ਪਤਾ ਹੈ ਪੇ ਦੁਨੀਆ ਦੇ ਕੰਮ ਕਰ ਕਰ ਕੇ ਸਾਡੇ ਵੱਡੇ ਵੱਡੇਰੇ ਦੁਨੀਆ ਤੋਂ ਚਲੇ ਗਏ ਤੇ ਉਹਨਾਂ ਕੋਲੋਂ ਵੀ ਕੰਮੂ ਪੂਰੇ ਨਹੀਂ ਹੋਏ ਤੇ ਜੇ ਅਸੀਂ ਕਰਾਂਗੇ ਤੇ ਕਿੰਨੇ ਕੁ ਕਰ ਲਾਂਗੇ ਰਾਤ ਨੂੰ ਥੱਕ ਟੁੱਟ ਕੇ ਪੈ ਜਾਵਾਂਗੇ ਤੇ ਫੇਰ ਵੀ ਇਹ ਗੱਲ ਪਹਿਣੀ ਕਹੂਗੀ ਵੀ ਅੱਜ ਉਹ ਪੂਰੇ ਨਹੀਂ ਹੋਏ ਜਿੰਨਾਂ ਜੋ ਕਰਨਾ ਚਾਹੁੰਦੇ ਸਾਂ ਉਹ ਪੂਰਾ ਨਹੀਂ ਹੋਇਆ ਹੁਣੇ ਹੀ ਇਦਾਂ ਹੀ ਹੋਇਆ ਮੈਂ ਗੱਡੀ ਮੇਰੇ ਬੇਟੇ ਨੇ ਸਵੇਰੇ ਖੜੀ ਸੀ ਗੱਡੀ ਉਹਨਾਂ ਨੂੰ ਕੋ ਕੰਮ ਸੀ ਸਵੇਰ ਦੀ ਗੱਡੀ ਖੜੀ ਤੇ ਮੈਨੂੰ 7 ਵਜੇ ਗੱਡੀ ਦੇ ਕੇ ਗਿਆ ਤਾਂ ਜੇ ਮੈਨੂੰ ਕਹਿੰਦਾ ਵੀ ਪਾਪਾ ਜਿਹੜੇ ਜਿਹੜੇ ਕੰਮ ਕਰਨੇ ਸੀ ਕੰਮ ਹੋਏ ਨਹੀਂ ਉਹ ਪੂਰੇ ਮੈਂ ਖਾ ਇਹ ਨਹੀਂਗੇ ਹੋਣੇ ਸਵੇਰ ਦੇ ਗੱਡੀ ਲਈ ਫਿਰਦੇ ਜੇ ਅਜੇ ਵੀ ਨਹੀਂ ਤੁਹਾਡੇ ਕੰਮ ਹੋਏ ਇਹ ਇਦਾਂ ਹੀ ਚੱਲਣੀ ਆ ਗੱਲ ਮੇਰੀ ਵੀ ਤੁਹਾਡੀ ਵੀ ਪਰ ਜਿਹੜੇ ਸਿਆਣੇ ਲੋਕ ਨੇ ਨਾ ਉਹ ਕਹਿਣਗੇ ਜਦੋਂ ਸਵੇਰੇ ਸੰਗਤ ਦਾ ਟਾਈਮ ਆ ਉਦੋਂ ਵੀ ਸੰਗਤ ਵਿੱਚ ਜ਼ਰੂਰ ਜਾਣਾ ਜਦੋਂ ਪਿਛਲਾ ਪੈਰ ਆ ਗਿਆ ਉਦੋਂ ਵੀ ਸੰਗਤ ਵਿੱਚ ਜ਼ਰੂਰ ਜਾਣਾ ਕੰਮ ਇਦਾਂ ਹੀ ਚੱਲਦੇ ਨੇ ਨਾ ਵੱਡਿਆਂ ਕੋਲੋਂ ਹੋਏ ਨਾ ਸਾਡੇ ਕੋਲ ਹੋਣੇ ਜਿਹੜੇ ਸਾਡੇ ਘਰ ਪੈਦਾ ਹੋਏ ਆ ਕੰਮ ਉਹਨਾਂ ਦੇ ਵੀ ਪੂਰੇ ਨਹੀਂ ਹੁੰਦੇ ਇਹ ਕੰਮ ਉਹਨਾਂ ਦੇ ਪੂਰੇ ਹੋ ਜਾਂਦੇ ਨੇ ਜਿਨ੍ਹਾਂ ਨੇ ਮਨ ਦਿੱਤਾ ਹੋਇਆ ਗੁਰੂ ਸਾਹਿਬ ਜੀ ਨੂੰ ਮਨ ਵੇਚਿਆ ਸਤਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਉਹਦੇ ਹੀ ਕੰਮ ਪੂਰੇ ਹੋਏ ਨੇ ਬਾਕੀ ਅੱਜ ਤੱਕ ਕਿਸੇ ਦੇ ਪੂਰੇ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਇਹ ਬਚਨ ਰੱਖ ਰਹੇ ਨੇ ਕਿ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਉਹ ਨਾ ਕਥੇ ਜਾਣ ਵਾਲੇ ਦੀ ਕਥਾ ਸੰਗਤ ਵਿੱਚ ਬਹਿ ਕੇ ਕਰਦੇ ਨੇ ਉਹਦੀਆਂ ਸਿਫਤਾਂ ਕਰਦੇ ਆ ਤੇ ਫਿਰ ਪ੍ਰਾਪਤ ਕੀ ਹੁੰਦਾ ਹਿਰਦੈ ਹਰ 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 ਧੁਨ ਉਪਜੀ ਹਰ ਜਪਿਏ ਮਸਤਕ ਭਾਗ ਜਿਓ ਮੱਥੇ ਦਾ ਭਾਗ ਜਾਗਦਾ ਸੰਗਤ ਵਿੱਚ ਆਉਣ ਦੇ ਨਾਲ ਮੱਥੇ ਦਾ ਭਾਗ ਜਾਗਦਾ ਵੀ ਹਿਰਦੇ ਦੇ ਵਿੱਚੋਂ ਇੱਕ ਧੁਨ ਗੂੰਜ ਉੱਠਦੀ ਆ ਅੱਗੇ ਪਹਿਲਾਂ ਜਪਿਆ ਜਪਦਿਆਂ ਮੂੰਹ ਥੱਕ ਜਾਂਦਾ ਫਿਰ ਇਸ ਪਾਸੇ ਵੱਲ ਧਿਆਨ ਲਾਇਆ ਮਨ ਅੱਕ ਜਾਂਦਾ ਸੀ ਪਰ ਹੁਣ ਇੱਕ ਐਸੀ ਕਿਰਪਾ ਹੋਈ ਆ ਚਾਹੋ ਬਰਾਗੀਆਂ ਦੇ ਅੰਦਰ ਇੱਕ ਧੁਨ ਉੱਠੀ ਆ ਅੰਦਰੋਂ ਇੱਕ ਗੂੰਜ ਉੱਠੀ ਆ ਜਿਹਨੂੰ ਚੇਤੇ ਨਹੀਂ ਕਰਨਾ ਪੈਂਦਾ ਚੇਤੇ ਆਪਣੇ ਆਪ ਹੀ ਆਉਂਦਾ ਹੈ ਜਪਣ ਲੱਗਿਆ ਮਨ ਅੱਕਦਾ ਨਹੀਂ ਹੋਰ ਚਾ ਚੜਦਾ ਹੈ ਹੋਰ ਖੁਸ਼ੀ ਹੁੰਦੀ ਆ ਆ ਦੁਨੀਆਦਾਰ ਲੋਕ ਅੱਕ ਜਾਂਦੇ ਨੇ ਥੱਕ ਜਾਂਦੇ ਨੇ ਪਰ ਗੁਰੂ ਕੇ ਪਿਆਰੇ ਕਿਉਂਕਿ ਤੁਸੀਂ ਕੋਈ ਕਿੱਡਾ ਵੀ ਵਧੀਆ ਕੋਈ ਖਾਣਾ ਬਣਾਓ ਅੱਜ ਖਾਓ ਕੱਲ ਖਾਓ ਪਰਸੋਂ ਖਾਓ ਖਾਂਦਿਆਂ ਖਾਂਦਿਆਂ ਅੱਕ ਜਾਓਗੇ ਕਿੰਨੀ ਇੱਕ ਵਾਰੀ ਖਾ ਲੋਗੇ ਕਿੱਡੀ ਵਧੀਆ ਕਿਤਾਬ ਲਿਆਓ ਆਪਣੇ ਘਰ ਪੜਨ ਵਾਸਤੇ ਪੜਨ ਵਾਲਿਆਂ ਨੂੰ ਪਤਾ ਇੱਕ ਕਿਤਾਬ ਨੂੰ ਕਿੰਨੀ ਵਾਰੀ ਪੜੋਗੇ ਪੜ ਪੜ ਕੇ ਥੱਕ ਜਾਓਗੇ ਵੀ ਹੋਰ ਇਹਨੂੰ ਕੀ ਪੜੀਏ ਕਿੱਡਾ ਵੀ ਮਿੱਤਰ ਪਿਆਰਾ ਲਹੋਵੇ ਜਿਹੜਾ ਪਹਿਲੇ ਦਿਨ ਚਾ ਉਹਨੂੰ ਮਿਲ ਕੇ ਹੁੰਦਾ ਨਾ ਥੋੜੇ ਦਿਨਾਂ ਬਾਅਦ ਉਹ ਚਾ ਨਹੀਂ ਰਹਿਂਦਾ ਉਹ ਚਾ ਫਿੱਕਾ ਪੈ ਜਾਂਦਾ ਇਹ ਦੁਨੀਆ ਦੀਆਂ ਗੱਲਾਂ ਨੇ ਪਰ ਇੱਥੇ ਚਾਓ ਬਿਰਾਗੀ ਜਿਹੜਾ ਜਪਜੀ ਸਾਹਿਬ ਅੱਜ ਕੀਤਾ ਸੀ ਉਹਦੇ ਉੱਤੇ ਕਿਰਪਾ ਵਰਦੂਗੀ ਕੱਲ ਨੂੰ ਉਹ ਜਪਜੀ ਸਾਹਿਬ ਕਰਨ ਲੱਗਿਆਂ ਹੋਰ ਆਨੰਦ ਆਊਗਾ ਅਗਲੇ ਦਿਨ ਜਪਜੀ ਸਾਹਿਬ ਕਰਨ ਲੱਗਿਆਂ ਬਹੁਤ ਆਨੰਦ ਆਊਗਾ ਸਦੀਆਂ ਹੋ ਗਈਆਂ ਗੁਰਸਿੱਖਾਂ ਨੂੰ ਬਾਣੀ ਪੜ੍ਹਦਿਆਂ ਤੇ ਮਨ ਦੇ ਅੰਦਰ ਜਿਹੜਾ ਰਸ ਤੇ ਚਾਹ ਵਾ ਨਾ ਉਹ ਰੋਜ਼ ਨਵੇਂ ਤੋਂ ਨਵਾਂ ਆਉਂਦਾ ਇਹ ਗੱਲ ਵੱਖਰੀ ਆ ਵੀ ਜਿਹੜਾ ਚੌਂਕੜਾ ਮਾਰ ਕੇ ਬੈਠਾ ਵਾ ਨਾ ਉਹ ਬੱਧੂ ਰੁੱਦੀ ਨਾ ਬੈਠਾ ਹੋਵੇ ਉਹ ਅਰਦਾਸ ਕਰਕੇ ਬਵੇ ਵੀ ਸੱਚੇ ਪਾਤਸ਼ਾਹ ਮੈਨੂੰ ਕੁਝ ਦਿਓ ਮੈਨੂੰ ਕੁਝ ਬਖਸ਼ੋ ਭਾਵੇਂ ਉਹ ਡਿਊਟੀ ਤੇ ਗਰੰਥੀ ਸਿੰਘ ਭਾਵੇਂ ਡਿਊਟੀ ਕਰਦੇ ਆ ਮੈਂ ਕਈ ਵਾਰੀ ਆਪਣੇ ਉਹਨਾਂ ਸਿੰਘਾਂ ਨੂੰ ਉੱਥੇ ਕਹੀ ਨਾ ਭਾਵੇਂ ਅਸੀਂ ਤਨਖਾਹਾਂ ਲੈਨੇ ਆ ਪਰ ਸਹੀ ਤਰੀਕੇ ਦੀ ਗੱਲ ਇਹ ਜੇ ਜਿਹੜਾ ਚਾਹ ਨਾਲ ਨਿਤਨੇਮ ਕਰੇ ਜਿਹੜਾ ਚਾਹ ਨਾਲ ਕਥਾ ਕਰੇ ਜਿਹੜਾ ਚਾਹ ਨਾਲ ਸੰਗਤ ਨੂੰ ਪ੍ਰਸ਼ਾਦ ਵਰਤਾਵੇ ਤਨਖਾਹ ਤੇ ਉਹਨੂੰ ਮਿਲ ਨਹੀਂ ਮਿਲਣੀ ਆ ਪ੍ਰਸ਼ਾਦ ਤੇ ਵਰਤਾਇਆ ਹੀ ਜਾਣਾ ਵਾ ਕਥਾ ਤੇ ਹੋ ਹੀ ਜਾਣੀ ਆ ਨਿਤਨੇਮ ਵੀ ਹੋ ਜਾਣਾ ਲੰਗਰ ਵੀ ਪੱਕ ਜਾਣਾ ਜਿਹੜਾ ਚਾਹ ਨਾਲ ਸੇਵਾਦਾਰ ਗੁਰੂ ਕੀ ਸੇਵਾ ਕਰੇਗਾ ਨਾ ਉਹਨੂੰ ਤਨਖਾਹ ਦੇ ਨਾਲ-ਨਾਲ ਗੁਰੂ ਕੀ ਖੁਸ਼ੀ ਜ਼ਰੂਰ ਪ੍ਰਾਪਤ ਹੋਊਗੀ ਜੇ ਇਹਨਾਂ ਨੂੰ ਪ੍ਰਾਪਤ ਹੋਣੀ ਆ ਤੇ ਜਿਹੜੇ ਚਰਨ ਸਰਨ ਗੁਰ ਇੱਕ ਪੈੰਡਾ ਜਾਏ ਚਲ ਸਤ ਗੁਰ ਕੋਟ ਪੈੰਡਾ ਆਗੇ ਹੋਏ ਲੇਤ ਹੈ ਗੁਰੂ ਸਾਹਿਬ ਜੀ ਨੇ ਵੀ ਉਹਨਾਂ ਦੀ ਅਵਸਥਾ ਵਿੱਚ ਜ਼ਰੂਰ ਫਰਕ ਪਾਉਣਾ ਹੈ ਮਹਾਰਾਜ ਕਹਿੰਦੇ ਨੇ ਹਿਰਦੈ ਹਰ 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 ਧੁਨ ਉਪਜੀ ਹਰ ਜਪੀਐ ਮਸਤਕ ਭਾਗ ਜਿਓ ਮੱਥੇ ਦਾ ਭਾਗ ਜਾਗਦਾ ਤੇ ਉਹ ਗੁਰਮੁਖ ਬਹਿ ਕੇ ਫਿਰ ਇੱਥੇ ਜਪਦੇ ਨੇ ਜਨ ਨਾਨਕ ਬੋਲੇ ਤੀਜੀ ਲਾਵੇ ਹਰੇ ਉਪਜੈ ਮਨ ਬੈਰਾਗ ਜਿਓ ਆ ਗੁਰਮਖੰਦ ਦੀ ਤੀਜੀ ਲਾਵਾ ਕਿ ਉਹ ਦੁਨੀਆ ਦੇ ਚਸਕੇ ਛੱਡਣ ਲੱਗਿਆ ਉਹਨਾਂ ਨੂੰ ਦੁੱਖ ਨਹੀਂ ਲੱਗਦਾ ਦੁੱਖ ਨਹੀਂ ਲੱਗਦਾ ਕਈ ਵਾਰੀ ਵੇਖੋ ਤੁਸੀਂ ਗੱਡੀ ਲੈ ਕੇ ਬਾਜ਼ਾਰ ਤੋਂ ਦੀ ਨੰਗ ਰਹੇ ਹੋ ਦੂਰ ਜਾਓ ਜਦ ਮੈਂ ਇੱਕ ਦਿਨ ਜਗਰਾਵੀ ਗਿਆ ਕਥਾ ਕਰਨ ਜਗਰਾਵਾਂ ਤੋਂ ਕਥਾ ਕਰਕੇ ਜਦੋਂ ਉਠਿਆ ਤੇ ਅਜੇ ਉੱਥੇ ਲੰਗਰ ਚੱਲਿਆ ਨਹੀਂ ਸੀ ਤਿਆਰ ਨਹੀਂ ਸੀ ਹੋਇਆ ਹਰ ਥਾਂ ਦੀ ਆਪੋ ਆਪਣੀ ਮਰਜ਼ਾ ਦਾ। ਕੋਹਾਂ ਦੇ ਜੀ ਠਹਿਰ ਕੇ ਮੈਂ ਵੀ ਕਿਤੇ ਹੋਰ ਥੇ ਜਾਣਾ ਸੀ। ਉੱਥੋਂ ਮੈਂ ਗੱਡੀ ਤੋੜ ਲਈ। ਉੱਥੋਂ ਗੱਡੀ ਤੋੜ ਲਈ ਤੁਰਦਿਆ ਤੁਰਦਿਆ ਸਿਰ 4 ਘੰਟੇ ਦਾ ਰਹਾ ਸੀ। ਭੁੱਖ ਤੇ ਮੈਨੂੰ ਲੱਗੀ ਸੀ। ਚੱਲ ਉੱਥੇ ਕੋਈ ਸ਼ੱਕ ਨਹੀਂ ਚੱਲ ਉੱਥੇ ਕੋਈ ਸ਼ੱਕ ਨਹੀਂ ਤੇ ਜਿਹੜਾ ਘੁੱਟ ਪਾਣੀ ਹੈਗਾ ਸੀ ਉਹ ਪੀਂਦੇ-ਪੀਂਦੇ ਸਿੱਧੇ ਆਪਣੇ ਘਰ ਆ ਗਏ ਤੇ ਕੋਈ ਗੱਲ ਹੀ ਨਹੀਂ ਘਰ ਆਣ ਕੇ ਛੱਕ ਲਿਆ। ਇਸ ਤੋਂ ਪਹਿਲਾਂ ਮੋਗੇ ਗਏ ਸਾਂ ਕਥਾ ਕਰਨ ਮੇਰੇ ਨਾਲ ਦੋ ਵੀਰ ਹੋਰ ਬੈਗੇ ਉਹਨਾਂ ਨੂੰ ਹਰ ਘੰਟੇ ਬਾਅਦ ਭੁੱਖ ਲੱਗੇ ਉਹ ਜਿਹੜੀ ਕੋਈ ਚੀਜ਼ ਸਮ ਆ ਕੇ ਐਫਸੀ ਆ ਗਿਆ ਆ ਬ੍ਰਿਸ਼ਟਾ ਆ ਗਿਆ ਫਲਾਣਾ ਆ ਗਿਆ ਉਹਨਾਂ ਹਰ ਥਾਂ ਬ੍ਰੇਕ ਮਰਵਾਈ ਹਰ ਬੰਦੇ ਨੂੰ ਲੋੜ ਪੈਂਦੀ ਆ ਭੁੱਖ ਲੱਗਦੀ ਆ ਮੈਨੂੰ ਪਤਾ ਵਾ ਕਿਉਂਕਿ ਇਹ ਸਰੀਰ ਆ ਪਰ ਗੁਰਮੁਖ ਇਸ ਸਰੀਰ ਨੂੰ ਡਸਟਬਿਨ ਨਹੀਂ ਬਣਨ ਦਦੇ ਭਿਜੇ ਭਈਆ ਆ ਗਿਆ ਤੇ ਤਮਾਕੂ ਨਾਲ ਹੱਥ ਲੱਬੜੇ ਤੋਂ ਕੋਈ ਵੀ ਲੈ ਕੇ ਖਾ ਲਿਆ ਜੇ ਕੋਈ ਵੀ ਆ ਗਿਆ ਆ ਚੀਜ਼ਾਂ ਜਿਹੜੀਆਂ ਕਬਰ ਵਿੱਚ ਬਲੇਟੀਆਂ ਇਹ ਨਾ ਵੇਖੋ ਵੀ ਉਹ ਫੋਇਲ ਪੇਪਰ ਵਿੱਚ ਬਲੇਟੀਆਂ ਜਿੱਥੇ ਬਣਦੀਆਂ ਨੇ ਉੱਥੇ ਵੇਖਣਾ ਚਾਹੀਦਾ ਵੀ ਉੱਥੇ ਕਿੱਦਾਂ ਬਣਦੀਆਂ ਨੇ ਕਿਸ ਢੰਗ ਨਾਲ ਤਿਆਰ ਹੁੰਦੀਆਂ ਗੁਰਮੁਖ ਨੂੰ ਇਹ ਚੀਜ਼ਾਂ ਛੱਡਣ ਲੱਗਿਆਂ ਤੰਗੀ ਨਹੀਂ ਹੁੰਦੀ ਤੇ ਦੁਨੀਆਦਾਰ ਬੰਦਾ ਦੁਨੀਆਦਾਰ ਬੰਦਾ ਤੇ ਇੱਕ ਗੋਲ ਕੱਪਾ ਨਹੀਂ ਛੱਡ ਸਕਦਾ ਉਹ ਤੇ ਕਿਸੇ ਪੈਲਸ ਵਿੱਚ ਗਿਆ ਹੋਵੇ ਤੇ ਨਾਲ ਹੀ ਜਾਣ ਨਿਕਲ ਜਾਂਦੀ ਵੀ 100 ਰੁਪਈਆ ਦੇਣਾ ਵਾ ਤੇ 200 ਦਾ ਖਾ ਕੇ ਜਾਣਾ ਤੇ ਭਾਵੇਂ 500 ਤੇ ਸਿਰ ਤੇਲ ਵਾਲੇ ਸਾਹਿਬ ਗਰੀਬਨਵਾਦ ਪਾਠਾ ਜੀ ਕਹਿੰਦੇ ਨੇ ਗੁਰਸਿੱਖਾਂ ਦੀ ਤੀਜੀ ਲਾ ਇਹ ਆ ਉਹਨਾਂ ਦੇ ਅੰਦਰ ਬੈਰਾਗ ਪੈਦਾ ਹੋਇਆ ਹੈ ਗੁਰਮਤ ਨੂੰ ਘਟਕੇ ਉਹਨਾਂ ਨੇ ਪਕੜ ਲਿਆ ਹੈ ਮਨਮੁਖ ਨੂੰ ਤਿਆਗ ਦਿੱਤਾ ਹੈ ਜਦੋਂ ਮਨਮੁਖਤਾ ਨੂੰ ਤਿਆਗ ਕੇ ਇਕ ਲਾਂਭੇ ਕਰ ਦਿੱਤਾ ਵਾ ਤੇ ਸਾਹਮਣੇ ਕੀ ਰਹਿ ਗਿਆ ਸਾਹਮਣੇ ਰਹਿ ਗਿਆ ਉਹ ਰਾਹ ਜਿਹੜਾ ਸਿੱਧਾ ਗੁਰੂ ਨਾਨਕ ਦੇ ਘਰ ਨੂੰ ਜਾਂਦਾ ਵਾ ਤੋ ਹੁਣ ਜਦੋਂ ਨੱਕ ਦੀ ਸੇਤਨਾ ਉਹ ਸਿੱਖ ਗੁਰੂ ਨਾਨਕ ਦੇ ਘਰੋਂ ਤੁਰਿਆ ਵਾ ਤੇ ਚੌਥੀ ਲਾਮ ਫਿਰ ਕੀ ਆਖੂਗੀ ਇਹ ਆਉਣ ਵਾਲੇ ਸਨੇਚਰ ਵਾਰ ਉਹਦੀ ਵਿਚਾਰ ਹੋਵੇਗੀ ਗੁਰੂ ਕਿਰਪਾ ਕਰੇ ਉੱਤਮ ਜੀਵਨ ਸਾਡਾ ਸਾਰਿਆਂ ਦਾ ਬਣੇ ਹਰ ਇੱਕ ਨੂੰ ਤਨ ਤੇ ਮਨ ਦੋਵਾਂ ਦੀ ਰਹਿਤ ਪ੍ਰਾਪਤ ਹੋਵੇ ਸਭ ਦੀ ਹਾਜ਼ਰੀ ਪ੍ਰਵਾਨ ਹੋਵੇ ਜੀ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ